ਇਹ ਮਾਂ ਨੇ ਵੀ ਜਿਹੜਾ ਨਾ ਡਰਾਮੇ ਕੀਤੀ ਰੱਖਦਾ ਚੰਗੀ ਮੈਨੂੰ ਲੁੱਡੋ ਲਾ ਕੇ ਦੇ ਗਿਆ ਉਹ ਮੈਂ ਕੱਲੀ ਆਪੇ ਹੀ ਜਿੱਤਦੀ ਹਾਂ ਅਤੇ ਆਪੇ ਹੀ ਹਰਦੀ ਹਾਂ ਅੱਗੂ ਵੀ ਕੋਈ ਹੈ ਐਡਾ ਤੇਜ਼ ਹੈ ਵੀ ਉਹ ਪਹਿਲੇ ਮੇਰੀ ਗੋਟੀ ਤਾਂ ਅਪੜਨ ਦੀ ਕੋਸ਼ਿਸ਼ ਕਰਿੰਦਾ ਲਾ ਦੱਸ ਮੈਂ ਕਿ ਬਈ ਐਡੀ ਬਾਲੜੀਆਂ ਬਾ ਮੈਨੂੰ ਪਤਾ ਨਹੀਂ ਵੀ ਆਹ ਤੇਰੀ ਮਰ ਗਈ ਹੈ ਹੁਣ ਦੱਸ ਹੁਣ ਪਤਾ ਲੱਗਾ ਹੀ ਹੁਣ ਅੱਗੂ ਆ ਹੁਣ ਆ ਨਾ ਹੁਣ ਮੈਂ ਤੈਨੂੰ ਦੱਸਾਂ ਹਾਂ ਇੱਥੇ ਹਾਂ ਤੋਰੇ ਕਰੇ ਨਹੀਂ ਹੈ ਸਬਰ ਕਰੇ ਨਾ ਮੋਇਆ ਇੱਕ ਵਾਰੀ ਮੇਰੀ ਗੋਟੀ ਪਿਆ ਮਰੇਂਦਾ ਹੈ ਕੋਈ ਪਤਾ ਨਹੀਂ ਤੈਨੂੰ ਕਾਹ ਸਮਝਾਇਆ ਲੁੱਡੋ ਦਾ ਇੱਥੇ ਹੁਣ 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 ਅੱਗੂ ਆ ਹੁਣ ਹੁਣ ਮੈਂ ਤੈਨੂੰ ਹੁਣ ਤੈਨੂੰ ਕਿਉਂ ਪਤਾ ਅੱਗੂ ਹੁੰਦਾ ਪਿਆ ਓਏ ਪਤਾ ਲੱਗ ਵੈਂਦਾ ਤੋ ਇਹਨੇ ਇਹ ਸ਼ਾਲਾ ਕੱਖ ਨਾ ਰਵੀ ਜੋ ਨਾ ਵਿੱਚੋਂ ਉਸ ਮੇਰੀ ਮੁੜ ਦੂਈ ਗੋਟੀ ਮਾਰ ਲਈਏ ਠਹਿਰ ਹੁਣ ਫੌਤ ਕੀ ਹੋਈ ਆ ਜਿਹੜਾ ਅੱਗੂ ਆਏ ਕਰਿੰਦਾ ਇਹ ਤਾਂ ਗਲਿੰਦਾ ਠੋਠੋ ਵੀ ਇਹ ਲੈ ਇਸ ਤੇ ਚਾੜਾ ਠੋਠ ਤੇ ਚੌਣ ਤੂੰ ਠੋਠ ਤੇ ਇਹ ਉਹਨ ਮੈਂ ਠੋਠ ਗਲੈਂਦੀ ਬੈਠੀ ਆ ਇਹ ਐਲਾ ਸਮਾਣੀ ਅੱਲਾ ਇਹੋ ਜੀ ਹਰ ਨੂੰ ਦੇ ਦੇ ਬਸ ਆਏ ਦਾ ਰਾਏ ਗੰਦ ਇਹ ਮੈਂ ਪੋਗ ਲਵਾਂ ਬਸ ਇਹ ਨੂਰ ਮੇਰਾ ਗੁੱਕ ਮੋਕਾ ਨੇਰਾ ਉਦਾਂ ਕੇ ਕਰਨ ਗਿਆ ਕੰਮ ਆਈ ਤੇ ਫੁੱਟੀ ਦਾ ਕੇ ਕੀਤਾ ਆ ਵਿੱਕੀ ਇਕਾਈ ਨਹੀਂ ਵਿੱਕੀ ਉਹ ਭਲੋ ਵੀ ਹੁਣ ਆੜਤੀਆਂ ਨਾਲ ਗੱਲ ਕਰਿੰਦੀ ਉਹ ਅੱਗੂ ਨਖਰਾ ਕਰਨ ਦੇਣ ਤੂੰ ਆਨੀ ਇੱਕ ਫੁੱਟੀ ਵਿੱਕੀ ਇੱਕ ਇਕਾਈ ਨਾ ਨਾਲ ਬਾ ਚੰਗੋ ਹੋਵੇ ਤੇ ਮੈਂ ਵੇਚਣੀ ਆ ਮੈਂ ਐਵੇਂ ਨਹੀਂ ਵੇਚਣੀ ਹੁਣ ਰੱਖੀ ਰੱਖ ਸੁੱਕ ਕੇ ਉਹ ਐਂ ਜੋਂਦੀ ਵੈਂਦੀ ਆ ਕੀ ਫਾਇਦਾ ਹੈ ਉਹ ਜਿਹੜੇ ਤ੍ਰੇਲ ਜ਼ਰੀ ਪੰਦੀ ਉਸ ਲਈ ਵੇਚੀ ਕਰ ਅਮੋਰ ਕਾ ਸੱਟ ਮਾਰੀ ਅੱਛਾ ਇਹ ਵੀ ਗੱਲ ਹੈ ਬਈ ਤ੍ਰੇਲ ਉਹ ਤ੍ਰੇਲ ਤਾਂ ਤਾਂ ਉਸਲ ਬੰਦਾ ਵੇ ਕੋ ਬਾਦਸ਼ਾਹ ਹੋਵੇ ਮੁਰ ਤ੍ਰੇਲ ਨਾਲ ਬੰਦਾ ਕਰ ਲੈਂਦਾ ਇੱਕ ਵਾਰੀ ਛੱਤ ਤੇ ਚ ਸਟਾ ਚੰਗੀ ਭਲੀ ਰਾਤੀ ਤ੍ਰੇਲ ਪੰਦੀ ਹੈ ਜਿਸ ਲਈ ਜ਼ਰੀ ਵਿੱਲੀ ਹੋ ਜੇ ਉਹ ਲਿਓ ਨੂੰ ਪਵਾ ਗਟੂਆਂ ਦੇ ਵਿੱਚ ਜਿਹਨੇ ਗਟੂਆਂ ਪਾ ਉਸ ਲਈ ਚੁੱਪ ਕਰਕੇ ਭਰਾ ਰੇਟ ਲਵਾ ਅੱਜ ਕੱਲ ਉਸ ਦਾ ਮੌਸਮ ਇਹਨੂੰ ਵੈਂਦੀ ਕਰ ਪਤਾ ਹੀ ਅੱਜ ਕੱਲ ਰੰਨਾ ਟੁਰੀ ਹੋਈਆਂ ਨੇ ਉੱਥੋਂ ਕਪਾ ਲੈਣ ਅੱਜ ਕੋਈ ਮਾਲ ਵੇਕ ਵੈਣੀ ਹੈ ਇਤਨਾ ਤਾਂ ਤੈਨੂੰ ਸਮਾਜ ਸਰਕਾਰੀ ਮੋੜਾ ਨਾ ਮੇਰੇ ਨਾਲ ਖਪਦੀ ਹੈ ਤੇ ਮੇਰੇ ਨਾਲ ਲੜਦੀ ਹੈ ਖਪਦੀ ਰਹਿ ਤੇ ਸਮਾਣੀ ਤਾਂ ਮੇਰੀ ਨੂੰ ਆਇਆ ਕਰਮ ਆਲਾ ਬੈਠਾ ਰਿਹਾ ਕਾਫੀ ਟਾਈਮ ਤੇ ਮੁੜ ਵਗ ਗਿਆ ਆਦਾ ਪਿਆ ਮੈਂ ਝੜਤਾ ਹੀ ਚੱਕਰ ਮਰੇ ਸਾਂ ਤੇਰੇ ਘਰ ਨੂੰ ਇੰਜ ਸੰਭਾਲੀ ਖਲਾ ਨਾ ਜਿਵੇਂ ਇੱਕ ਤੇਰਾ ਕੋਈ ਇੰਜ ਆਪਣਾ ਸੱਕਾ ਆਉਂਦਾ ਵਾਲੇਕਮ ਸਲਾਮ ਕੀ ਹਾਲ ਹੈ ਪੁੱਤਰ ਕੀ ਹਾਲ ਤੂੰ ਕਿਧਰ ਗਿਆ ਇੱਥੇ ਛੋਆ ਨਾਲ ਕੰਮ ਆਉਂਦੇ ਗਿਆ ਅੱਛਾ ਛੋਆ ਸੱਤ ਵਧੀਆਂ ਸਾਲ ਬਾਅਦ ਆਇਓ ਮੂੰਹ ਸੱਤ ਦੀਆਂ ਸੱਤ ਵਧੀਆਂ ਤੇਰਾ ਉਹ ਸ਼ਰਾ ਛੋਰਾ ਕੋ ਸਬਜ਼ੀ ਲਾਇਆ ਮੈਂ ਆ ਲਾਇਆ ਮੈਂ ਸਬਜ਼ੀਆਂ ਸਬਜ਼ੀਆਂ ਸੁਣਾ ਸੁਣੋ ਕੀ ਹਾਲ ਚਾਲ ਹੈ ਮਾਂ ਤੇ ਪਿਓ ਦਾ ਠੀਕ ਹੈ ਨਹੀਂ ਸਾਰੇ ਠੀਕ ਹੈ ਕੋਈ ਨਹੀਂ ਹੋਰਾ ਤਾਂ ਕੋਈ ਨਹੀਂ ਚੈੱਕ ਕਰ ਲੈਂਦੇ ਇੰਜ ਵਧਨ ਜੀ ਆ ਯਾਰ ਉਹਨਾਂ ਉਹਨਾਂ ਨੂੰ ਪਤਾ ਪਿਓ ਦਾ ਖੋਲ ਵਦਾ ਚਾਚਾ ਚੰਗੀਆਂ ਸਾਰੇ ਚਾਚਾ ਖੋਲ ਵਦਾ ਹਲਾ ਸੁਣਾਈਆਂ ਚੰਗੀਆਂ ਸੁਣਾਇਆ ਸਹੀ ਕੀਤਾ ਹੀ ਆ ਤੇ ਹੋਰ ਕੇ ਐਡਾ ਖਾ ਜਿਆ ਸਾਪ ਇਹਨੂੰ ਐਡਾ ਵੱਡਿਆ ਕੀਤਾ ਮੈਂ ਬਖਸ਼ਣਾ ਹੀ ਨਾ ਮੈਂ ਚੰਗੀਆਂ ਸੁਣਾਈਆਂ ਹਲਾ ਮੈਂ ਕੀ ਆਦੀ ਪਈ ਆ ਵਹਿਣਾ ਨਾ ਨਲਕੇ ਤੇ ਅੱਡੇ ਤੁੱਥ ਲਈ ਆ ਪਾਈ ਆ ਕਲੇਜੀ ਜਾ ਮੇਰਾ ਹੀ ਬਹੁ ਦਿਲ ਕਰਦਾ ਪਿਆ ਤੇ ਤੇਰਾ ਬਤਰੀਆ ਵੀ ਬਹੁ ਸ਼ੌਕ ਦਾ ਖਾਂਦਾ ਇੰਜ ਗੱਲ ਹੋਰ ਵੇ ਤਨੋਂ ਪੇ ਬੱਬਲ ਬੱਬਲ ਹੋਇਆ ਮੈਂ ਜਾਣਾ ਕਲੇਜੀ ਉਹ ਮੈਂ ਤਾਂ ਕਾਲ ਉਹਨਾਂ ਨਾਲ ਆਖਿਆ ਜੇ ਤੇਰੇ ਕਟੋੜ ਸ਼ਰੀਫ ਕਰੋ ਨਾ ਉਹਦੇ ਮੈਨੂੰ ਪਾਵੇ ਦੀ ਗੱਲ ਪਾਵੇ ਬੜੇ ਚੰਗੇ ਨਾ ਗੋਡਿਆਂ ਵਾਸਤੇ ਲਾਉਂ ਸੱਟ ਪਵੀ ਉਹ ਆਪਣੇ ਜੋਗਾ ਹੀ ਰਹਿਵੀਂ ਬਸ ਕਲੇਜੀ ਲਾਇਆ ਤੇ ਜਾਉ ਤੋ ਲਾਇਆ ਥੋੜਾ ਜਿਹਾ
ਦਿਲ ਮੇਰਾ ਵੀ ਕਰੇਂਦਾ ਪਿਆ ਪੋਲੀਆਂ ਪੋਲੀਆਂ ਬੋਟੀਆਂ ਉੱਥੋਂ ਲਾਇਆ ਜਾਂਦਾ ਪਿਆ ਜਾਂਦਾ ਪਿਆ ਤੂੰ ਤਾਂ ਮੈਨੂੰ ਆਖੇ ਨਾ ਬਈ ਤੋਏ ਮਦੀਨੇ ਚੁਕਾ ਸ਼ਲਾਮਣੀ ਮਲਕ ਗਈ ਉਹ ਵੀ ਲੈ ਕੇ ਮਦੀਨੇ ਅੱਲਾ ਤੇਰੇ ਜੇ ਸ਼ੈਤਾਨਾਂ ਨੂੰ ਮਦੀਨੇ ਨਹੀਂ ਗਲੇਂਦਾ ਪਰੇਸ਼ਾਨ ਨਹੀਂ ਨਾ ਗਲੀਆਂ ਚ ਹੂੰਗੜੇ ਨਾ ਇਹਨਾਂ ਗਲੀਆਂ ਚ ਮਰਦ ਦੀ ਇੱਜ਼ਤ ਕੀਤੀ ਕਰੋ ਇੱਜ਼ਤ ਪਰ ਆ ਮੇਰੇ ਦਿਲ ਦੀ ਧੁਰ ਧੁਰ ਪਰ ਅੱਗਾ ਜਾ ਇਹ ਮਲਕ ਗਈ ਤਾਂ ਨਵਾਂ ਲਾ ਮੇਰੇ ਦਿਲ ਦੀ ਧੁਰ ਧੁਰ ਕਿਆ ਹੋ ਚਾਚੂ ਮੇਰੀ ਚਾਚੀ ਨਹੀਂ ਤੇ ਇਹ ਤੇਰੀ ਮਾਂ ਕੋਈ ਨਹੀਂ ਸਮਝ ਆਉਂਦੀ ਬਈ ਹੁਣ ਨਿਕਾਹ ਉਸ ਨਾਲ ਗਿਆ ਉਸ ਨਾਲ ਮੇਰੀ ਸ਼ਾਦੀ ਕਰਦੇ ਮੈਂ ਚੌਕੀ ਉਮਰ ਦੀ ਹਾਂ ਹੈ ਤਾਂ ਤੂੰ ਵੀ ਮੇਰੇ ਹਮ ਸਮਦਾ ਬਸ ਮੁੜ ਹੁਣ ਪਰਨੀ ਜੋ ਗਈ ਇਹਦੇ ਨਾਲ ਤੇ ਮੁੜ ਰਿਸ਼ਤੇ ਤੇ ਚਾਕਚੀ ਲੱਗਣੀ ਆ ਕਿਸੇ ਨੂੰ ਕੀ ਆਖ ਸਕਦੀ ਹਾਂ ਮੈਂ ਹੋਰ ਸੁਣਾ ਠੀਕ ਤੂੰ ਸੁਣਾ ਅੱਜ ਮੁੜੀ ਥਾਈ ਹਾਂ ਬਾਬੇ ਨਾ ਕਿਉਂ ਉੱਧਰ ਨਾ ਕਰੀਏ ਕਿਤੇ ਚਾਚੇ ਦੀ ਤਬੀਅਤ ਖਰਾਬ ਆਪਣੀ ਤਾਂ ਕਰ ਲਈ ਆਪਣੀ ਤਾਂ ਕਰ ਲਈ ਮੈਨੂੰ ਪਤਾ ਉਸਲੇ ਤੋਂ ਮੇਰੀ ਜ਼ਿੰਦਗੀ ਚਾਵਣਾ ਹੈ ਮੈਨੂੰ ਤਾਂ ਜਲਦੀ ਜਲਦੀ ਇਸ ਬੁੱਢੇ ਦੇ ਗਾਟੇ ਪਾਇਆ ਨੇ ਮੈਨੂੰ ਕਿਹੜਾ ਪਤਾ ਬੈ ਗੁੱਚਨ ਵੀ ਮੇਰਾ ਰਹਿਣ ਦਾ ਹੋਰ ਸੁਣਾ ਹਲਾ ਗੱਲ ਸੁਣ ਆ ਇੱਕ ਨਵੀਂ ਆਈ ਵਧੀ ਮੈਪ ਮੈਪ ਕੀ ਸਦੇਨ ਦੇ ਐਪ ਹਾਂ ਇਸ ਤੇ ਡੋ ਸੁਣ ਫਿਲਟਰ ਲੱਗਦਾ ਤੇ ਤਸਵੀਰ ਬਣ ਵੈਂਦੀ ਆਈ ਨਾ ਚਲ ਚਿੱਕੀ ਚਲ ਤੂੰ ਤੇ ਮੈਂ ਚਿੱਕੀ ਤਸਵੀਰ ਖਲੋ ਮੀ ਵਾਲ ਬਣਾ ਮਤ ਇੱਕ ਤਾਂ ਇਹ ਗੱਲ ਹੀ ਆ ਮੈਨੂੰ ਲਾ ਕੇ ਦੇ ਗਿਆ ਆਪਣਾ ਅੰਗੂਠਾ ਕੇ ਦਿੱਤਾ ਤੇ ਤਾਂ ਖੁੱਲ ਸੀ ਤੇ ਮਲੰਗੀ ਨੂੰ ਮੁੜੂ ਪਤਾ ਹੀ ਇਸ ਗੱਲ ਦਾ ਬਰਬਾਨੀ ਬੱਕਰੀ ਹਾਲ ਲੱਗਦੀ ਪਈ ਐ ਉਸ ਤੋਂ ਪਹਿਲਾਂ ਮੈਂ ਮੈਨੂੰ ਥੋੜਾ ਆਖਿਆ ਮਾਰੀ ਆਵਾਂ ਬਚ ਕੇ ਦਿਲ ਕਰਿੰਦਾ ਵੀ ਉੱਠ ਕੇ ਜਾਵਣ ਨਹੀਂ ਇਸੇ ਤੋਂ ਤੇਰੇ ਵੇਖਣ ਲੱਗ ਗਿਆ ਵੇਖ ਰਿਹਾ ਫੜ ਲੈਂਦੀ ਨਾ ਮੇਰਾ ਹਲਾ ਤੇ ਇੱਕ ਗੱਲ ਦੱਸੋ ਇੱਥੇ ਆਪਣੀ ਤੇ ਮੇਰੀ ਲਾਚ ਇੱਥੇ ਉੱਤੇ ਤਸਵੀਰ ਅਜੇ ਲੈ ਬਲਦਾ ਹੈ ਮੋਬਾਈਲ ਤੇ ਉਸ ਲਈ ਇਹ ਨਵੇਂ ਚਾਚਾ ਵੇਖ ਕੇ ਕਿਛੋ ਹੁਣ ਤਸਵੀਰਾਂ ਲਾਈ ਵਧੀ ਤੈਨੂੰ ਉਹ ਪੁੱਤਰ ਮੰਨੀ ਵਧਾ ਉਹਦੇ ਢਿੱਡ ਢਿੱਡ ਇਹ ਗੱਲ ਕਾ ਨਹੀਂ ਕਦੀ ਉਸ ਸ਼ੱਕ ਨਹੀਂ ਕੀਤਾ ਹੁਣ ਕਿਹੜਾ ਪਤਾ ਮੈਂ ਜਾਣ ਕੇ ਕਦੀ ਕੋਈ ਖਿਲਾਫ ਤੇਰੇ ਗੱਲ ਕਰਾਂ ਵੀ ਨਾ ਹੁਣ ਕਿਹੜਾ ਪਤਾ ਹੁੰਦਾ ਪੁੱਤਰ ਬੇਈਮਾਨ ਹੋਇਆ
ਮੇਰਾ ਕਿਆ ਪੋਤਰ ਹੈ ਉਹਦਾ ਮੈਂ ਕਿਉਂ ਪੋਤਰ ਸੱਦਾ ਤੈਨੂੰ ਤੇ ਤੇਰਾ ਪੋਤਰ ਬਣਦਾ ਕੌਣ ਹੈ ਜੀ ਨਾ ਜਾਇਆ ਹੋਇਆ ਹੋਵੇ ਮਾਤਾ ਜ਼ਰੀ ਕਾ ਨਹੀਂ ਤੈਨੂੰ ਸੱਦਾ ਤੇ ਬਣੂ ਕੌਣ ਹੈ ਹਾਂ ਕੋਸ਼ਿਸ਼ ਵੀ ਨਾ ਕਰੀ ਕਿ ਤੈਨੂੰ ਮੈਂ ਆਪਣਾ ਪੋਤਰ ਸੋਚੇ ਇੱਕ ਦਿਨ ਨਹੀਂ ਇੱਡੇ ਸੋਹਣੇ ਸਵਾਣੀ ਦਾ ਪੋਤਰ ਹੋ ਮਾਮਾ ਸੋਹਣੀ ਨਹੀਂ ਹੁੰਦੀ ਹੈ ਮਾਮਾ ਨੂੰ ਸੁਣੇ ਪਰ ਇਹਦੇ ਨਾਲ ਬੰਦੇ ਵੇਖਦੇ ਨਹੀਂ ਲੈ ਵੇਖ ਜਿਹੜੀ ਆਉਂਦੀ ਆ ਪਾਲਸ਼ ਮੇਰੇ ਕਾ ਹਾਂ ਕੀ ਜੀ ਲੱਗਦੀ ਪਈ ਸੋਹਣੀ ਲੱਗਦੀ ਪਈ ਲੈ ਆ ਫੋਟੋ ਲੱਗ ਆ ਵੇਖ ਹੁਣ ਜਿਹੜੇ ਬਲ ਸਿੰਘ ਉਹਨੇ ਤੇਰੀ ਤਸਵੀਰ ਅੱਗੇ ਲੈ ਚੰਗਾ ਮੈਂ ਫੋੜਾ ਮਾਰਨ ਦੇ ਅੱਜ ਮੈਂ ਲੁੱਡੋ ਜਿਹੜੀ ਦੋ ਬੰਦਿਆਂ ਤੂੰ ਹਾਰ ਜਿੱਤ ਗਈ ਹਾਂ ਵੇਖ ਨੂੰ ਮੈਂ ਹਰਾਇਆ ਉਹ ਜਿਹੜੀ ਮੈਂ ਲਾ ਕੇ ਦੇ ਗਿਆ ਉਹਡਾ ਤਰੀਖਾ ਜਾਂ ਦੋ ਗੋਟੀਆਂ ਮੇਰੀਆਂ ਮਾਰ ਰਹੇ ਉਸ ਤੋਂ ਮੋੜਾ ਗੁਆਈਆਂ ਮੈਂ ਠੋਠ ਪਿਆ ਖੱਲੇ ਇੱਕ ਗੱਲ ਦੱਸ ਤੂੰ ਬੰਦੇ ਨਾਲ ਖੇਡਦੀ ਨਹੀਂ ਲੁੱਡੋ ਕੀ ਮਤਲਬ ਹਾਂਜੀ ਚਾਚੀ ਤੂੰ ਬੰਦੇ ਨਾਲ ਲੁੱਡੋ ਖੇਡਦੀ ਨਹੀਂ ਚਾਚੀ ਕਹਿਣ ਸੱਦੇ ਨਹੀਂ ਜਿਹੜਾ ਕੁਝ ਵੀ ਚਾਚੀ ਕਹਿੰਦੇ ਡੋਲੂ ਮਾਈ ਏ ਹੁਣ ਮੈਂ ਚਾਚੀ ਸਦੇਸੇ ਨਹੀਂ ਸਦੇਂਦਾ ਨਹੀਂ ਤੇ ਤੂੰ ਬੰਦੇ ਨਾਲ ਲੁੱਡੋ ਖੇਡਦੀ ਨਹੀਂ ਆਪ ਤਾਂ ਕਿ ਅੱਗੂ ਇੱਕ ਬੰਦਾ ਹੁੰਦਾ ਹੁਣ ਮੈਂ ਕੀ ਬੰਦੇ ਨਾਲ ਜਿਹੜੇ ਸਨਾਨੀ ਦਾ ਮੂੰਹ ਬਣੇ ਉਸ ਨਾਲ ਲੁੱਡੋ ਖੇਡੀ ਕਰ ਤੇ ਹੋ ਸਕਦਾ ਵਿੱਚ ਬੰਦਾ ਹੋਵੇ ਬੰਦਾ ਛੱਡ ਦੇ ਸੀ ਛੱਡ ਸੱਟਾ ਹਾਂ ਤੇ ਉਹ ਤੇ ਮੇਰੇ ਲੱਗੇ ਵਈਂ ਦਾ 500 ਰੁਪਏ ਜਾਵਣ ਦੇ 500 ਜਿਹੜਾ ਤੇਰਾ ਖਜ਼ਾਨਾ ਅੰਦਰ ਆਂਦਾ ਉਹ ਮੈਂ ਸੜਦਾ ਹੈ ਬੇਕੂ ਕੋਈ ਬੰਦਾ ਹੋਇਆ ਤੇ ਉਸ ਦਿਨ ਹੋ ਜਾਵੇ ਉਹ ਚਲਾ ਕੇ ਤੇਰੀ ਆਤਮਾ ਮਾਨ ਮੈਂ ਸਾਰਾ ਪਤਾ ਤੇਰਾ ਆਓ ਆਈ ਪਈ ਹਰਸ਼ਾ ਉੱਠੀ ਹੁਣ ਪਕਾ ਕੱਖ ਨਾ ਰਵੀ ਵਿਸ਼ਾਲਾ ਵਿਸ਼ਾਲਾ ਸੁੱਤਾ ਸਾਂ ਜਾਵੇਂ ਤੂੰ ਛੋੜ ਕੇ ਦੇ ਮੁੰਨਿਆ ਮੈਂ ਡਰ ਗਈ ਮੈਂ ਆਖਾ ਪਤਾ ਨਹੀਂ ਕੋਰ ਪਾ ਉਸ ਮੇਰੇ ਉੱਤੇ ਕੌਣ ਹੈ ਕੋਈ ਤੂੰ ਡਰ ਨਹੀਂ ਇਹ ਤੇ ਮੈਂ ਮੰਨਦਾ ਨਹੀਂ ਤੂੰ ਮੇਰੇ ਕੋਲ ਡਰੇ ਤਾਂ ਵਿਆਹ ਕ ਲੱਗੀ ਮੈਂ ਜੂ ਮੂੰਹ ਤੇ ਹੱਥ ਪਈ ਮਰੇ ਨਹੀਂ ਮੈਨੂੰ ਕਿਹਾ ਪਤਾ ਕਿ ਆ ਸ਼ੈਤਾਨ ਕੋਰ ਕਿ ਤਿੱਖ ਲੋਤਾ ਮੈਂ ਸ਼ੈਤਾਨ ਹਾਂ ਆ ਪਰ ਮਗਰੂ ਲਾਓ ਕੀ ਲਾਇਆ ਹੱਸਦਾ ਕਿਉਂ ਕੀ ਆਈ ਸੋਹਣੀ ਗੱਲ ਕਰਦੀ ਇਸ ਤੋਂ ਮਲੰਗੀ ਹੱਸਦਾ ਮਲੰਗੀ ਚਬਾਲ ਅੱਜ ਸੋਹਣੀ ਲੱਗਦੀ ਖਲੀ ਅੱਜ ਤਾਂ ਮੈਂ ਹਵਿਆਰ ਥੋਣੀ ਲਾ ਅੱਜ ਪਚੀ ਨੂੰ ਹੁੰਦਾ ਵੱਡਾ ਸਾਰਾ ਚੂਰੇ ਘਾਰੇ ਚ ਵਤਾ ਤੇ ਉਹਦੇ ਸਾਵੇਂ ਹੀ ਹੋ ਜੀ ਮਸਤੀ ਤੇ ਛੋੜ ਬਾਹਰ ਕਿਦਾਂ ਗਿਆ ਮੈਂ ਬਾਹਰ ਕਿਦਾਂ ਅਕਲ ਲੈ ਤੇ ਨਾ ਮਸਤੀ ਨਹੀਂ ਕਰਦਾ ਅੱਛਾ ਕੱਲ ਲੈ ਨਹੀਂ ਮਸਤੀ ਨਹੀਂ ਅੱਖੇ ਚੋਂ ਨਹੀਂ ਤੇ ਨਾ ਨੂਰ ਭਰੀ ਐਦੂ ਵੇਖ ਸੁਣੀ ਨਹੀਂ ਸਮਝ ਅੱਜ ਮੈਂ ਨਾ ਅੱਜ ਜਾਮਣਾ ਨਾ ਬਾਹਰ ਜੇ ਸਰਨ ਬੇਲੀਆਂ ਕੋਲ ਬਾਣਾ ਮੈਂ ਆਖਣਾ ਬਈ ਇਹ ਨਾ ਅਖਲਾਮੀ ਕਿਉਂ ਤੇਰਾ ਮੂੰਹ ਮੌਤ ਪਾਵੀ ਸ਼ਾ ਆ ਕੀ ਇਹ ਕੀ ਅਮਾਨ ਪੋਤਰ ਦੇ ਤਸਵੀਰ ਲੱਗੀ ਤੇ ਤੇਰੀ ਤੇ ਹੋਰ ਅਸੀਂ ਹੱਸਦੇ ਬੈਠੇ ਆ ਸੇ ਤੋ ਸਾ ਕਹਿੰਜ ਕਰ ਮੈਂ ਉੱਤੇ ਤਸਵੀਰ ਲਾਵਾਂ ਜੇ ਲੈ ਕੇ ਬਲ ਸੀ ਫੋਨ ਆਉ ਸੀ ਅਗੂ ਤਸਵੀਰ ਆਉ ਸੀ ਠੀਕ ਹੈ ਕੇ ਇਹ ਠੀਕ ਹੈ ਹਾਂ ਪੋਤਰ ਜੂ ਆਇਆ ਮੇਰਾ ਜ਼ਹਿਰੀ ਗੱਲ ਲੈ ਉਸ ਦੀ ਤਸਵੀਰ ਅਗੂ ਲੱਗ ਗਈ ਹੁਣ ਤਾਂ ਖੁਸ਼ ਹੈ ਨਾ ਤੂੰ ਕੋ ਆਓ ਆਈ ਪਈ ਹਰ ਚਾਹ ਆ ਮੈਂ ਕਰੇਨੀ ਹੈ ਪਕਾਈ ਨਹੀਂ ਆ ਸੋਹਣੀ ਦੇ ਕਲੰਗੀ ਜੀ ਆ ਤਮਾਕੂ ਵੀ ਇੱਕ ਤਾਂ ਕੁੰਝਲਾ ਆਪਣਾ ਵੀ ਹੋ ਜਿਸਲੇ ਸ਼ਾਮੀ ਘੁਲਦੀ ਹਵਾ ਨੱਕ ਨੂੰ ਆ ਸੜੇਂਦਾ ਐਡਾ ਕੌੜਾ ਤਮਾਕੂ ਵੀ ਚਲੋ ਮੈਂ ਕੁੰਝਲਾ ਇਹਨਾਂ ਤੇ ਤੂੰ ਉਹ ਪਕਾ ਦੇ ਤੂੰ ਮੈਂ ਮਾਛਵਾਰ ਘਰ ਜਾਮਣੋ ਹਲਾ ਠੀਕ ਹੈ ਮੈਂ ਕਰੇ ਨਹੀਂ ਮਾਛਵਾਰ ਘਰ ਜਾਵੇ ਕਿਹੜੀ ਸ਼ਾਰ ਉਹ ਛੋੜ ਘਰ ਨਾ ਜਾਵੇ ਮੈਂ ਇਸ ਤੋਂ ਪਿਆ ਨਾ ਪਿਓ ਜਲਦੀ ਨਿਕਲ ਨਾ ਜਾਵੇ ਨਹੀਂ ਉਹ ਆਦਾ ਪੇ ਮੈਂ ਕਲੇਜ ਛਲੇ ਜੀ ਖਾਉਣੀ ਅੱਜ ਮਖੇ ਚਲੋ ਠੀਕ ਆਦਾ ਪੇ ਮੈਂ ਤਾਜੀ ਥਾਈ ਆ ਮਾਮੋਰ ਚੰਗ ਮੈਂ ਕਿ ਚਾਚੇ ਕੋਲ ਸਵਣਾ ਮੇਰਾ ਤਾਂ ਦਿਲ ਚਾਚੇ ਨਾਲ ਰਲ ਕੇ ਸਵਣਾ ਚਾਚੇ ਅੱਜ ਰਾਤੀ ਜਾਮਣੇ ਉੱਥੇ ਬੇਲੀਆਂ ਕੋਲ ਆਈ ਤਾਸ਼ ਦਾ ਮੈਚ ਹੈ ਮੇਰਾ ਮੈਂ ਇਹ ਤਾਂ ਪਤਾ ਬਿਛੋੜ ਕਰ ਰਹੀ ਥਾ ਅਵੇ ਮੈਂ ਇੱਕ ਗੱਲ ਕਰ ਦੱਸੋ ਅੱਗੇ ਤੈਨੂੰ ਮੈਂ ਕਦਾਂ ਰੋਕ ਕੇ ਤਾਸ਼ ਤੋਂ ਹਾਂ ਜਿਸ ਲਈ ਤਾਂ ਨਾ ਉਸ ਲਈ ਤੈਨੂੰ ਉਲਟਾ ਪੈਸੇ ਵੀ ਦੇਣੀ ਆ ਤੇ ਜਾ ਕੇ ਜੀਵਾ ਮੈਂ ਕਦੀ ਨੂੰ ਭਲਾ ਵੇਖੇ ਤੇ ਉਹ ਜਿਹੜੇ ਕੁਚਾ ਪਾਣੀ ਜਿਹੜੇ ਪੀਂਦੇ ਹੋ ਸਿਗਰਟ ਉਹ ਸਿਗਰਟ ਚਾਹ ਤੇ ਨਾਲ ਮਿਠਾਈ ਉਹ ਅਸੀਂ ਮੰਗਾਈਦੇ ਆ ਤੇ ਮੁੜ ਮੈਂ ਤੈਨੂੰ ਕਦੀ ਮਨਾ ਕੀਤਾ ਭਲਾ ਇਹ ਤੇ ਮਾਂ ਨੇ ਥਾਈ ਤੂੰ ਵਗ ਜਾ ਕੋਈ ਨਹੀਂ ਉਹ ਇੱਥੇ ਘਰ ਬੈਠਾ ਦਾ ਤੈਨੂੰ ਪਤਾ ਹੈ ਉਹ ਮੈਨੂੰ ਪਤਾ ਹੈ ਘਰ ਦਾ ਮਾਲਕ ਵੀ ਹੋਇਆ ਤੂੰ ਨਾ ਉਹ ਮੇਰੇ ਪੁੱਤਰ ਨੂੰ ਨਾ ਡੋਂਗਾ ਚਗਾ ਬੋੜ ਕੇ ਦੇਵੀ ਸਾਲਣ ਦਾ ਕਲੇ ਜੀ ਦਾ ਠੀਕ ਹੈ ਮੈਂ ਥੋੜੀ ਖਾ ਲਈ ਤਾਂ ਉਹ ਰੱਜ ਕੇ ਖਾ ਲਈ ਉਹ ਮੋਟੋ ਹੋਵੇ ਪਰ ਆ ਤੂੰ ਨਾ ਮੋਟਾ ਹੋਇਆ ਸਾਰੀ ਜ਼ਿੰਦਗੀ ਖਾ ਕੇ ਐ ਲੱਗਦਾ ਹੱਥ ਛੱਡ ਚੱਟੇ ਤਾਂ ਵੀ ਨਾ ਮੋਟਾ ਹੋਇਆ ਚੱਟ ਹੋਵੇ ਜੀ ਨਾ ਵੀ ਹੁਣ ਤਾਂ ਮਹਿੰਦੀ ਮੁੰਦੀ ਸਿਰ ਤੇ ਲਾਈ ਵਧੀਏ ਸਵਾਦ ਤਾਂ ਇਸ ਰੰਗ ਦਾ ਹੈ ਨਾ ਇੱਡੀ ਚੰਗੀ ਹੈ ਨਾ ਇੱਡੀ ਚੰਗੀ ਇਹਦੀ ਕੀ ਬਾਤ ਹੈ ਓ ਛੋਰਾ ਆਉ ਤੂੰ ਵੇਖ ਕਿਹੜਾ ਫਰਕ ਕਰੇਂਦੀ ਹੈ ਧੀਆਂ ਚ ਉਹਨੂੰ ਤਾਂ ਸਵੇਰ ਸ਼ਾਮ ਫੜ ਕੇ ਵਹਿੰਦੀ ਹੈ ਜੋ ਆਧੜ ਮੇਰੇ ਤਾਂ ਸਿਰ 'ਚ ਕਦੀ ਹੱਥ ਨਹੀਂ ਮਾਰੇ ਕੇ ਤੇਰਾ ਹੀ ਸਿਰ ਵੇਖੇ ਹੁਣ ਤੂੰ ਵੱਡੀ ਸਾਰੀ ਹੋ ਗਈ ਅੱਛਾ ਵੱਡੀ ਹੋ ਗਈ ਹੁਣ ਮੇਰੇ ਸਿਰ ਰੈਂਡ ਕੋ ਨਹੀਂ ਪੰਦੇ ਸਵੇਰ ਸ਼ਾਮ ਆਈ ਆ ਕਾਰ ਲੱਗੀ ਰਾਂਦੀ ਮੇਰੀ ਬਹੁਤ ਪੱਤੀ ਰੱਖੀ ਕਰ 24 ਘੰਟੇ ਮੇਰੇ ਤਾਂ ਦਿਲ 'ਚ ਹੀ ਕੋਈ ਗੱਲ ਕੋਈ ਨਹੀਂ ਤੇ ਪਿਓ ਕੀ ਦੇ ਗਈ ਆਈ ਨਹੀਂ ਪਿਓ ਪਤਾ ਨਹੀਂ ਤੇ ਬਾਹਰ ਨਿਕਲੇ ਨਮਾਜ਼ ਪੜ੍ਹ ਕੇ ਹੁਣ ਗਿਆ ਦੱਸਿਆ ਕੋਈ ਨਾ ਸੋ ਕੋਈ ਨਾ ਹਾਂ ਮੈਂ ਖੋਲ ਲਾਣਾ ਪਤਾ ਨਹੀਂ ਆ ਵੈਂਦਾ ਖਲੋ ਆ ਖੋਲਸ ਕੀੜੇ ਪਾਵੋ ਸ਼ਾਲਾ ਸਹਿਰੇ 'ਚ
ਸ਼ਾਲਾ ਤੇਰੇ ਚ ਘਾਟ ਜ਼ਬਾਨ ਮਾਰੀ ਕਰ ਮੈਂ ਤੂੰ ਵੇਖ ਲਾ ਹੁਣ ਮੈਨੂੰ ਬਾਦ ਦੁਆ ਦਿੰਦੀ ਪਈ ਗਈ ਹਾਲਾ ਤੂੰ ਆ ਚੁੱਪ ਹਾਂ ਮੈਂ ਤਾਂ ਲੜਦੀ ਪਈ ਆ ਨਿੱਕੀ ਜ਼ਬਾਨ ਇਹਦੀ ਨਹੀਂ ਉਹ ਜ਼ਬਾਨ ਵਢੈਂਦੀ ਜਿਹੜੀ ਜ਼ਬਾਨ ਚਲਾਈਂਦੀ ਬੈਠੀ ਮੇਰੇ ਕੋ ਚੁੱਪ ਕਰੋ ਮੈਂ ਕੀ ਕੀਤੀ ਹੈ ਕੀ ਕੀਤੀ ਹੈ ਅਭੀ ਤੁਹਾਡੀ ਖੈਰ ਕੋਈ ਨਹੀਂ ਹੋਣੀ ਚੁੱਪ ਕਰ ਕੇ ਮੈਂ ਸਿਰ ਤੇ ਵੇਦੀ ਚੁੱਪ ਨਹੀਂ ਕੁੱਤੀ ਵੱਡੀ ਭੈਣ ਦਾ ਕੋ ਭੌਕ ਦੀਏ ਹਾਂ ਸਲਮਾ ਤੂੰ ਤਾਂ ਕਰ ਲੈ ਪਹਿਲੇ मेरी दी क्यों खपदी पई है की बनया जा पानी लाया के खपना ने अब बिजली का नहीं पानी दा घोट की दू देवा तानू भरया कोई ना आए कोई नहीं मैं भरया पहले मेनू पता कूलर च गुठी पई हो सी वाना मामा दिया पिया चा लिया अबे खू चलिया होया फाड़ लियो चल उठी तू ही मन पानी ना तेरा ये लाड है ना मैं नूरे नु मंजाई जांदा है को जा वड्डी वाली भी ध्यान दे लिया कर बस इसे निक्की नु ही है संवारदी रांदी ते नवेंदी दवेंदी रांदी सजात गल सुन मेरी ओ छोरी ने मुंह ते गल ना कीती कर उना दे दिल च फर्क वैसी भी वाके साडी मां फर्क करेंदी है ते दूई गल ए है के मैं ना तेरे नाल एक गल करनी आई खैर दे मैं बड़ी परेशान हाँ सलमा का किदाई हूँ बड़ी सारी हो गई किदाई रिश्ता है वेखिए करमालिए जिथे उनका नसीब जिथे मुकद्दर होया उत्थे ही होना है अल्लाह करता है कोई आ जाता है अजकल दे नसीब बनामने पंदे आपे नहीं टोर के नसीब आ वेंदे ओ बड़ा बेनियाज है जो लिखता है ना उदो ढेल का ही नहीं लगती पता ही नहीं लगता एड बटे साग बोला चल जरूर उचा उचा आखना ਹੁੰਦਾ ਉਹ ਮੁੜ ਹਿਲ ਜਾਂਦੀਆਂ ਗਗਾ ਮੁੜ ਉਹਨਾਂ ਦੇ ਜ਼ਹਿਨ ਚ ਵੀ ਇਹ ਗੱਲ ਬਹਿ ਜਾਂਦੀ ਤਾਂ ਗਾਵੇਂ ਮੁੜ ਇੰਜੇ ਬੁਲੇਂਦੀਆਂ ਹਾਲਾ ਤੂੰ ਤਾਂ ਮੇਰੇ ਨਾਲ ਨਾ ਖਪਿਆ ਕਰਨਾ ਮੈਨੂੰ ਕਰਨ ਦਿੱਤੀ ਕਰ ਜਿਹੜੀ ਨੰਦ ਨਾਲ ਮੈਂ ਕਰੇ ਨਹੀਂ ਹੈ ਚੁੱਪੇ ਰਿਆ ਕਰ ਉਹ ਮੈਂ ਤੈਨੂੰ ਗੱਲ ਕਰਨ ਦੀ ਬੈਠੀ ਹਾਂ ਵੀ ਕਿਦਾਂ ਇਹ ਅੱਛਾ ਜਿਹਾ ਰਿਸ਼ਤਾ ਵੇਖੀਏ ਕਿਦਾਂ ਵੇਖੀਏ ਭਾਲੀਏ ਤੇ ਕਰਦੇ ਵੀ ਕਿਦਾਂ ਰਿਸ਼ਤਾ ਵੇਖ ਲਿਸਾਂ ਹੈ ਤੂੰ ਇਹ ਦੱਸ ਵੇ ਜਿਹੜੀ ਕਮੇਟੀ ਪਾਈ ਆ ਇਹਨਾਂ ਦੇ ਨਾਂ ਦੀ ਉਹਨਾਂ ਦਾ ਕੋ ਬਣਿਆ ਹਾਂ ਦੀ ਪਈ 27-28 ਤਰੀਕ ਨੂੰ ਨਿਕਲ ਸੀ ਉਹ ਅਜੇ 27-28 ਲਈ ਵਧੀਏ ਮੇਰਾ ਦਿਲ ਲਾਗੂ ਪੇਟੀਆਂ ਚਾ ਲਵੀਏ ਜਾਂ ਕੋਈ ਸੰਦੂਕੜੇ ਸੰਦੂਕੜੇ ਚਾ ਲਵੀਏ ਵੀ ਚਲੋ ਦੀਆਂ ਦਾ ਸਮਾਨ ਤਾਂ ਇਕੱਠਾ ਕੀਤੀ ਰੱਖੀਏ ਤੇ ਤੈਨੂੰ ਇਹ ਹੀ ਪਤਾ ਵੀ ਦਾ ਮੈਂਬਰ ਹਨ ਪਾਇ ਇਸ ਕਮੇਟੀ ਦੇ ਵਿੱਚ ਤੇ ਜਿਨ੍ਹਾਂ ਦੀ ਨਿਕਲਨੀ ਉਹਨਾਂ ਨੂੰ ਮੈਂ ਆਪ ਆ ਕੇ ਵੀ ਮੈਨੂੰ ਐਂਡ ਤੇ ਦੀ ਵਿਆਹ ਕਿਉਂਕਿ ਲੱਗ ਵੈਂਦੇ ਨੇ ਪੈਸੇ ਵੱਤ ਤੇਰੀਆਂ ਗੱਲਾਂ ਦੀ ਕੱਖ ਸਮ ਮੇਰੀ ਜਦੋਂ ਤੂੰ ਆਖਿਆ ਭਾਵੇਂ ਲੱਗਿਆ ਕਮੇਟੀ ਉਹਨਾਂ ਨੂੰ ਆਖਿਆ ਨਾ ਜਾਂ ਪਹਿਲੀ ਸੰਦ ਦੇ ਵਿਆਹ ਹੁਣ ਅਜੇ ਤੂੰ ਤਰਾ ਨਿਕਲ ਗਈਆਂ ਤੂੰ ਉਹਨਾਂ ਲੈ ਲਈਆਂ ਅਜੇ ਤੇਰੀ ਪਹਿਲੀ ਨਹੀਂ ਆਈ ਜਦੋਂ ਤੂੰ ਮੈਨੂੰ ਆਖੇ ਵੀ ਸਲਮਾ ਖਾਣਾ ਪਾਈਏ ਤੇ ਮੈਂ ਇਸ ਵਜ੍ਹਾ ਤੂੰ ਚੁੱਪ ਕਰ ਗਈ ਉਹਨਾਂ ਨੂੰ ਮੈਂ ਆਖੇ ਮੈਨੂੰ ਐਂਡ ਤੇ ਦੀ ਵਿਆਹ ਹੁਣ 27-28 ਤਰੀਕ ਆਈ ਖਲੋਤੀ ਲੈ ਲਈ ਸਾਂ ਖੱਪਣ ਲੱਗ ਵੈਂਦਾ ਟਾਈਮ ਦਾ ਕੋਈ ਨਹੀਂ ਪਤਾ ਲੱਗਦਾ ਐਨ ਮੌਕੇ ਤੇ ਮੋੜ ਬੰਦਾ ਬਹੁ ਮਜਬੂਰ ਹੋ ਜਾਂਦਾ ਸ਼ਰਮਸਾਰ ਹੁੰਦਾ ਤੋ ਦੁਕਾਨ ਤੇ ਖਲੋਤਿਆਂ ਹਾਲਾ ਤੇ ਕਿਤੇ ਗਈ ਹੋਇਆ ਹੈ ਕੋਈ ਨਹੀਂ ਇੱਥੇ ਗਿਆ ਇਹ ਆੜ ਤਾਂ ਹੀ ਦਿਲ ਹਾ ਮੇਰਾ ਵੀ ਜਿਹੜਾ ਹੈ ਨਾ ਲੈ ਲਵੀ ਮਕਈ ਉਹਦਾ ਆਟਾ ਪਿਵਾ ਵੀ ਮੈਂ ਤਾਂ ਅਗਲੇ ਤੇ ਗਿਆ ਮੈਂ ਇੱਥੇ ਸੱਜਣ ਵਾਲ ਤੇ ਉਸ ਜਨਾਬ ਪਕਾਈਆਂ ਮਕਈ ਦੀਆਂ ਰੋਟੀਆਂ ਉਹ ਆ ਮੇਰੇ ਦੇ ਘਰ ਮੈਂ ਅਗਲੇ ਤੇ ਗਈ ਆ ਮੂੰ ਉਹ ਸੁਗਰਾ ਮੈਨੂੰ ਆਂਦੀ ਪਈ ਆਈ ਤੇ ਮੇਰੇ ਕੋਲ ਪੀਆ ਹੈ ਮਕਈ ਦਾ ਆਟਾ ਤੇ ਉਹ ਚਾਹ ਵਾਂ ਮੈਂ ਤਾਂ ਵਾ ਚਾਹ ਆ ਕੋਈ ਨਹੀਂ ਲੋੜ ਇਹਨੇ ਹਾਂਜੀ जितना थोड़ा हुंदा है ਸਮਾਂ ਹੀ ਲੱਗ ਗਈ ਤਾਂ ਮੈਂ ਤਾਂ ਨਾ ਮੈਂ ਜਿਹੜਾ ਕਮਾਈਨਾ ਇਹਨਾਂ ਦੋਵਾਂ ਵਾਸਤੇ ਕਮਾਈਨਾ ਆਪਣੇ ਅਸਾਂ ਦੋਵਾਂ ਕਣ ਕੋਈ ਨਹੀਂ ਕਮਾਈਂਦਾ ਇਹਨਾਂ ਦੋਵਾਂ ਵਾਸਤੇ ਕਮਾਈਨਾ ਉਹ ਅੰਮੀ ਸਾਰਾ ਦੇ ਮੇਰੇ ਨਾਲ ਲੜਦੀ ਏ ਓਏ ਪਿਆਰ ਲੜਦੀ ਏ ਨਾ ਨਾ ਜਵਾਨ ਔਲਾਦ ਨਹੀਂ ਪਿਓ ਨੂੰ ਨਾ ਗੱਲਾਂ ਕੀਤੀ ਕਰ 24 ਘੰਟੇ ਬੜਕਾਈ ਰੱਖਣੀ ਹੈ ਵੀ ਅੱਬਾ ਦੀ ਬੇਇੱਜ਼ਤੀ ਕਰ ਧਰਮ ਨਹੀਂ ਦਪੇ ਖੂਨ ਮੇਰਾ ਪੀਤੀ ਰੱਖਦੀ ਸਾਰਾ ਦੇ ਮਾਰ ਮਾਰ ਕੇ ਤਾਂ ਤੂੰ ਦੱਸੀ ਮੈਂ ਬੋਤਲਾਂ ਲਵਾ ਲਵਾ ਕੇ ਮੇਰੀ ਦੀ ਥੱਕ ਪਏ ਆ ਹਲਾ ਇੰਜੇ ਜਾ ਮੇਰੀ ਦੀ ਅੰਦਰ ਉਹਦੇ ਲੋ ਆਟਾ ਲਵਣ ਵੀ ਇੱਕ ਆਈ ਨਾ ਲੋੜ ਪਿੱਛੇ ਲੋਕੀ ਐਨ ਗੱਲਾਂ ਕਰੇਂਦੇ ਆਹੋ ਇਹ ਤਾਂ ਸ਼ਰੀਕ ਮੇਰਾ ਦਿਲ ਹੈ ਵੀ ਉਦੋਂ ਵੀ ਇੱਕ ਲੈ ਲਈਏ
20 kilo ਉਹ ਪਿਵਾ ਕੇ ਰੱਖ ਲਈ ਤੇ ਨਾਲ ਕਣਕ ਦਾ ਵੀ ਤਾਂ ਹੋਣਾ ਹੈ ਹਾਲਾ ਜੀ ਮੈਂ ਦੇਰ ਲਾਂਦਾ ਹੀ ਉਵੇਂ ਕਰ ਲਾ ਮੈਂ ਤਾਂ ਤੈਨੂੰ ਕਾਇ ਨਹੀਂ ਕਰਨੀ ਅੱਛਾ ਵਾਂਜ ਸਬਜ਼ੀ ਲਾਇਆ ਤੇ ਕੋਈ ਚੀਨੀ ਪੱਤੀ ਨਾ ਪਿਆ ਨਾ ਪਰੇਸ਼ਾਨ ਨਾ ਹੋਈ ਕਰ ਤੇਰੇ ਇਲਾਵਾ ਮੇਰਾ ਕੌਣ ਸਾਰਾ ਹੈ ਤੇ ਇਹਨਾਂ ਛੇਰੀ ਤੋਂ ਇਲਾਵਾ ਪਰੇਸ਼ਾਨ ਰਹਿਣੀ ਹੈ ਮੇਰਾ ਵੀ ਖੂਨ ਸੁੱਕਦਾ ਰਹਿੰਦਾ ਹੈ ਸਾਰਾ ਦੇ ਬਾਹਰ ਤੰਗ ਹੋਣਾ ਸ਼ਾਮਿਆਂ ਤੇਰੀਆਂ ਗੱਲਾਂ ਨਹੀਂ ਮੁੱਕਣ ਦੇਣੀਆਂ ਵੀ ਛੇਰ ਦਾ ਕੋਈ ਕਰੀ ਹਾਲਾ ਵਾਂਜ ਸ਼ਾਮ ਹੁੰਦੀ ਪਈ ਹੈ ਟਾਈਮ ਜ਼ਿਆਦਾ ਸਾਰਾ ਤੇ ਹੁਣ ਆ ਟਾਈਮ ਯਾਦ ਰੱਖ ਲੈ ਇੱਕ ਵਕਤ ਆਣਾ ਤੋਂ ਆਖਣਾ ਸ਼ਹਾਦ ਸੱਚਾ ਹੈ ਜਦੋਂ ਰੱਬ ਕਲਮ ਫੇਰਨੀ ਹੈ ਨਾ ਡੇਲੀ ਕੋਈ ਨਹੀਂ ਲੱਗਣੀ ਬਹੁ ਸੋਹਣਾ ਤੇ ਅੱਛਾ ਘਰ ਬਣ ਜਾਣਾ ਮੇਰੀ ਧੀ ਦਾ ਸਾਰੀ ਜ਼ਿੰਦਗੀ ਖੁਸ਼ ਰਾਸੀ ਗਈ ਮੈਨੂੰ ਤਾਂ ਹੋਰ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਬਸ ਇਹ ਵੱਡੀ ਦੀ ਪਰੇਸ਼ਾਨੀ ਲੱਗੀ ਰਹਿੰਦੀ ਹੈ ਸ਼ਰੀਕ ਬੂਏ ਨਾਲ ਹੈਨ ਪਏ ਆਰਚ ਫੇਰ ਤੈਨੂੰ ਪਤਾ ਸਾਰੇ ਪਿਤਰੇਰ ਹੁੰਦੇ ਹੋ ਤੇ ਇਹ ਸ਼ਰੀਕ ਹੋਏ ਕਰਮਾ ਲਈ ਇੱਕ ਗੱਲ ਯਾਦ ਰੱਖੀ ਜਿਹੜਾ ਪੁੱਤ ਰਹੀ ਨਾ ਉਹਨ ਦਾ ਅਗਲੇ ਜਹਾਨ ਹਿਸਾਬ ਹੋਣਾ ਹੈ ਧੀ ਦਾ ਹਿਸਾਬ ਕਿਤਾਬ ਕੋਈ ਨਹੀਂ ਜਿਹੜੀ ਸਾਡੀ ਬਿਆਦਰੀ ਹੈ ਉਹ ਆਪਣੇ ਗਿਰਾਵਾਂ ਨੇ ਜਾਤੀ ਨਹੀਂ ਪੈਂਦੇ ਤੇ ਹਮੇਸ਼ਾ ਸਾਡੇ ਉੱਤੇ ਉਹ ਗੱਲਾਂ ਕਰ ਲੈਂਦੇ ਬਿਲਾਦਰੀ ਦਾ ਕੀ ਬਿਲਾਦਰੀ ਦਾ ਕੀ ਤੂੰ ਤਾਂ ਬਿਲਾਦਰੀ ਦੀ ਗੱਲਾਂ ਤੇ ਲੱਗੀ ਰਹੀ ਕਰ ਪਤਾ ਤਾਂ ਹੀ ਹਲਾਵਾਂ ਮਾਰ ਗਿਆ ਐਂਡ ਤੇ ਯੋ ਆਂਦਨੀ ਨਾ ਨਿਲਾਵੇ ਨਾ ਲੈ ਰਾਜੂ ਨੂੰ ਉਸ ਤੋਂ ਪਹਿਲੇ ਗੱਲਾਂ ਹੀ ਗੱਲਾਂ ਨਹੀਂ ਕੋਈ ਨਾਇਬ ਹੋਵੇ ਨਾ ਤੇ ਆਕਸਨ ਕੇ ਨਾਤੀ ਬਣਾ ਕੋਈ ਨਾ ਨਾਵੇ ਤੇ ਆਕਸਨ ਕੇ ਆਈ ਨਾਲ ਆਵੇ ਇਹ ਕਿਦੋਂ ਨਹੀਂ ਰਾਣ ਦਿੰਦੇ ਹਲਾ ਜਾ ਸਬਜ਼ੀ ਮੈਂ ਲੈ ਆਪਣਾ ਕੋ ਸਬਜ਼ੀ ਵੀ ਕੋਈ ਹੋਰ ਗਿਓ ਲੈਣਾ ਆਈਆ ਹਾਂਜੀ ਬੋਲਈਆ ਹੋ ਗਿਓ ਅੱਗੇ ਕਿਉਂ ਨੂੰ ਦੱਸਿਆ ਮੇਰੀ ਦੀ ਕੋ ਖਿਆਲ ਰੱਖਿਆ ਕਰ ਤੂੰ ਵੀ ਦਵਤ ਉਹਦਾ ਧਿਆਨ ਕੋਈ ਰੱਖਦੀ ਘਰ ਆ ਟੀਵੀ ਤੇ ਬਸ ਕਾਰਟੂਨ ਲਾ ਕੇ ਸਾਰੀ ਦਿਹਾੜ ਬੈਠੀ ਰਹਿੰਦੀ ਓਏ ਯਾ ਉਂਬਾਰੇ ਨਾ ਦੇ ਤੇਰਾ ਵੀ ਦੇ ਲਾਂਦਾ ਹੈ ਲਾਣਾ ਤੇ ਲਾਣਾ ਤੇ ਪਵੀ ਮੂੰਹ ਤੇ ਕੋੜੇ ਮੂੰਹ ਵਾਲੀ ਮੈਨੂੰ ਕਦਾ ਇਹਨਾਂ ਦੀ ਵਜ੍ਹਾ ਤੋਂ ਨਾ ਮੈਂ ਤੈਨੂੰ ਕੁੱਟਣਾ ਹੈ ਓਏ ਹਲਾ ਵਾਂਨਾ ਵਾਂਨਾ ਸਬਜ਼ੀ ਲਾਇਆ ਹਾਂ ਮੇਰੇ ਦੀ ਮੇਰੇ ਵਾਸਤੇ ਸ਼ਾਹ ਵੀ ਲਈ ਆਵੇ ਮੇਰੀ ਦੀ ਕੀ ਸ਼ਾਹ ਖਾਵਣੀ ਹੁਕਮ ਕਰ ਚਿਲੀ ਮਿਲੀ ਓ ਸ਼ਹਿਜ਼ਾਦ ਉੱਠੀ ਖਲੋ ਵਾਂਨਾ ਓ ਖੱਟੀ ਮਿੱਠੀ ਦੇ ਹੁੰਦੀ ਤੁੰਦੇ ਨਾਲ ਗਲਾ ਖਰਾਬ ਹੋ ਜਾਂਦਾ ਅਬਾ ਮੇਰਾ ਨਹੀਂ ਹੁੰਦਾ ਗਲਾ ਖਰਾਬ ਥੋੜਾ ਨਹੀਂ ਬਈ ਸ਼ਹਿਜ਼ਾਦ ਟਾਈਮ ਥੋੜਾ ਵਾਂਨਾ ਬਹੁ ਕਾਲੀ ਹੈ 10 ਮਿੰਟ ਦੀ ਕੋ ਨੂੰ ਬਾਣ ਦਿੰਦੀ ਹਲਾ ਮੈਂ ਲਈ ਹਮ ਸਤੇ ਦੂਈ ਬਹਿਣ ਕਿਤੇ ਗਈ ਹੋਈ ਪਤਾ ਨਹੀਂ ਐਂ ਬਾਹਰ ਨਿਕਲੀ ਹੈ ਚਲੋ ਮੈਂ ਲਈ ਹਮ ਨਾ ਖੈਰ ਹੋਵੇ ਇਨਸ਼ਾਅੱਲਾ ਹਨੀ ਅੰਮੀ ਅੱਬੂ ਨੂੰ ਗੱਲਾਂ ਕਰਨੀਆਂ ਜ਼ਰੂਰੀ ਹੁੰਦੀਆਂ ਤੇ ਤੈਨੂੰ ਲਾਨਤ ਪਵੇ ਤੂੰ ਪਿਓ ਨੂੰ ਫੂਕਾਂ ਭਰੀ ਰੱਖਣੀ 24 ਘੰਟੇ ਤੈਨੂੰ ਸ਼ਰਮ ਹਿਆ ਨਹੀਂ ਅੱਛਾ ਪਿਓ ਦੇ ਕੋ ਬੰਦਾ ਦਿਲ ਦਾ ਹਾਲ ਚ ਸੁਣਾਵੇ ਤਾਂ ਅੰਮੀ ਸਹੀ ਆਂਦੀ ਸੀ ਫਰੇਨੇ ਤੁਹਾਨੂੰ ਇਹ ਵੀ ਪਤਾ ਸ਼ਰੀਕ ਸਾਡੇ ਬੂਏ ਨਾਲ ਬੈਠੇ ਤੇ ਸਾਡੀ ਮਾਂ ਸਹੀ ਆਂਦੀ ਕੱਲ ਨੂੰ ਸ਼ਰੀਕ ਸਾਡੇ ਤੋਂ ਗੱਲਾਂ ਨਾ ਕਰੇ ਮੈਂ ਹੁਣ ਤੇਰੀ ਜਲਦੀ ਸ਼ਾਦੀ ਕਰਕੇ ਦੇਸਾਂ ਮੈਨੂੰ ਤਾਂ ਤੇਰੀਆਂ ਪਰੇਸ਼ਾਨੀਆਂ ਤੇ ਟੈਨਸ਼ਨਾਂ ਖਾਦੀ ਵੈਂਦੀਆਂ ਮੇਰੇ ਕੋਲ ਲੋਕਾਂ ਦੀ ਗੱਲਾਂ ਨਹੀਂ ਸੁਣੀਂਦੀਆਂ ਮੈਂ ਤਾਂ ਆਪ ਬਹੁ ਗਰੀਬ ਸਮਾਣੀ ਆ ਨਾਲੇ ਸੋਹਣਾ ਸੱਜੀ ਰੋਜ਼ੀ ਵਾਲਾ ਸੱਜੀ ਤਾਜੀ ਕਮਾ ਕੇ ਮੈਂ ਦੇਖ ਲੋ ਤੇ ਨਾ ਮੇਰੇ ਬਾਰੋਂ ਹੁਣ ਤੰਗ ਹੋ ਗਿਆ ਫੁਲਕੇ ਤੋਂ ਚੁੱਪ ਕਰ ਬਾ ਮੇਰੇ ਕੋ ਜ਼ਬਾਨ ਨਾ ਮਾਰਨੀ ਕਰ ਸਾਰੀ ਜ਼ਿੰਦਗੀ ਮੈਂ ਤੈਨੂੰ ਬੂਏ ਤੇ ਲੈ ਕੇ ਬੈਠੀ ਰਹਾਂ ਮੈਨੂੰ ਕੀ ਪਤਾ ਜਿਹੜੀ ਖੱਜਲ ਖੁਆਰ ਮੈਂ ਹੋਈ ਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਡੀ ਜ਼ਿੰਦਗੀ ਨਹੀਂ ਖੱਜਲ ਖੁਆਰ ਕਰਨਾ ਚਾਹੁੰਦੀ ਤਰੋਟੀ ਨਾਮੀਆਂ ਝੜ ਗਈਆਂ ਕੁੱਤੇ ਤਰ੍ਹਾਂ ਟਰ 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 ਭੁੱਖੀਆਂ ਰਹਿ ਬਈ ਇਲਾ ਹੁਣ ਮਾਂ ਨੂੰ ਦੇ ਪਰਾਂ ਅਜ ਪਰਾਂ ਕਾ ਲਖ ਦੀ ਲਾਨਤ ਤਈਆ 24 ਘੰਟੇ ਜਿਉ ਆ ਫੜ ਫੜ ਕੇ ਮਾਰੀ ਤੇ ਤਾਂ ਖਾਵਣਾ ਹੀ ਹਰਾਮ ਹੈ ਉਹ ਮੈਂ ਹੀ ਉੱਠੀ ਖਲਵਾ ਤੋਂ ਕੋਈ ਨਹੀਂ ਕੰਮ ਕਰ ਲੜ 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 ਆਪਣਾ ਮੂੰਹ ਥਕਾਉਣੇ ਮੇਰਾ ਕਿਵੇਂ ਨਾਲੇ ਅੰਮੀ ਨੂੰ ਬਾਹਰ ਨਾ ਜਾਵਾਂ ਦਿੱਤਾ ਕਰ ਜਿਹੜੇ ਢੋਰਾਂ ਨੂੰ ਬਿਮਾਰੀ ਲੱਗੀ ਹੋਈ ਹੈ ਨਾ ਉਹਦੇ ਵੇਖ ਲਾ ਤੈਨੂੰ ਮੈਂ ਕਿੰਨੀ ਦਫਾ ਸਮਝਾਇਆ ਛੋੜ ਮਾਰ ਨੋਰ ਮਾਰ ਪੂਰਾ ਵੇ ਨਾ ਪੂਰਾ ਮੈਂ ਅੱਜ ਇਹਦੀ ਖੱਜਲ ਖੁਆਰੀ ਕਰੇ ਨਹੀਂ ਇਹ ਚੱਟ ਤੋਂ ਇਨਸ਼ਾਅੱਲਾ ਤੂੰ ਮਰੇ ਤੇ ਮਗਰੂਰ ਰਹੇ ਅੱਬਾ ਚੰਗੋ ਚੰਗੋ ਇੰਜੇ ਤੈਨੂੰ ਕੋਟ ਪਾਉਣੀ ਚਾਹੀਦੀ ਪੱਟਾ ਬੰਨ ਕੇ ਤੇ ਸੁੱਤੀ ਹੋਈ ਹੈ ਉਠੇਂਦਾ ਕਹਾਂ ਓ ਸੋਨਾ ਮੈਂ ਸਿਰ ਨੂੰ ਬੋਂਡਾ ਦੀ ਪੀੜ ਸੋਣ ਦੇ ਓ ਉੱਠੀ ਬਾਇਆ ਸੋਨਾ ਓ ਮੈਨੂੰ ਪਤਾ ਤੂੰ ਮੇਰੇ ਨਾਲ ਬਹੁ ਮੁਹੱਬਤ ਕਰੇ ਨਹੀਂ ਮੈਂ ਚਗਲ ਨਹੀਂ ਮੈਂ ਉੱਡੀ ਵੇ ਧੂੜ ਸ਼ਾਲਾ ਤੇ ਸੁੱਤਾ ਸਾਂ ਜਾਵੇਂ ਤੇ ਕੱਖ ਨਾ ਰਵੀ ਜੁਨਾ ਵਿੱਚ ਉਂਝ ਖਾ ਵਿੱਚ ਯਾਦ ਸੋਨਾ ਤੇ ਉਠਿੰਦੀ ਜਾਈ ਤੇ ਉੱਡੀ ਵੇ ਧੂੜ ਜੜ ਪਟੀ ਜਾਵੀ ਵੇ ਨਰੀਨੇ ਆ ਚੜ ਹਾਂ ਤੇ ਵੈਨਾ ਵੇ ਧੂੜ ਉੱਡੇ ਤੇਰੀ ਧੂੜ ਨਾ ਉਡਾ ਮੇਰੀ ਤੇ ਕੀ ਖਰਾ ਕਰੇ ਨਾ ਮੈਂ ਖਾ ਵਿੱਚ ਪਈ ਹੋਈ ਆ ਪਤਾ ਨਹੀਂ ਕੀ ਵੇਦੀ ਪੈਣ ਤੇ ਸ਼ੈਤਾਨ ਮੱਥੇ ਲੱਗ ਗੱਲ ਤਾਂ ਆ ਵੇਖਣ ਦੀ ਵੇ ਖਾ ਵਿੱਚ ਮੈਂ ਯਾਰ ਵਾਹ ਸੰਗਤ ਤਾਂ ਹੈ ਨਾ ਸੰਗਤ ਤਾਂ ਬੜੀ ਹੈ ਨਾ ਰਾਤੀ ਇੱਕ ਤੂੰ ਮੈਂ ਗੱਲ ਪੇ ਕਰੇ ਨਹੀਂ ਹਾਂ ਕੀ ਤੂੰ ਮੈਂ ਉੱਡੇ ਜਾਵਣਾ ਬਹਿਣ ਆਲ ਆਖਿਆ ਮੈਂ ਜੱਟ ਬਹਿਣ ਆਲ ਜਾਵਣਾ ਤੂੰ ਤਾਂ ਮੁੰਡੂ ਆਈ ਜਿਹੜਾ ਹੈ ਨਾ ਤੇ ਜਾ ਕਿਉਂ ਇਹ ਨਹੀਂ ਪਿਆ ਮੈਨੂੰ ਮਗਰੂ ਲੈਣਾ ਕਿਸੇ ਆਵਣਾ ਹੀ ਉਹ ਮੈਂ ਨਾਲ ਆ ਜਾਣਾ ਉਹ ਲੜਾਈ ਨਾ ਲੜ ਤੋ ਜਾਵਣਾ ਤੇ ਜਾ ਅਲਾ ਠੀਕ ਹੈ ਮੈਂ ਜਾਵਣਾ ਮੈਂ ਇੰਤਜ਼ਾਰ ਕਰਨੀ ਵੇਖ ਤਾਂ ਮੇਰੇ ਸਿਰ ਨੂੰ ਪੀੜ ਤੇ ਮੇਰਾ ਬੀਪੀ ਜਿਆ ਲੋ ਹੋਇਆ ਪਿਆ ਡਾਕਟਰ ਬਲੱਡ ਘਟਿਆ ਪਿਆ ਉੱਠ ਜਾਣੇ ਆ ਡਾਕਟਰ ਉਥੋਂ ਮੈਂ ਦਵਾਈ ਵੀ ਭਰੂ ਲਾ ਲਈ ਸੰਭਵਾਣੀ ਚੋਂ ਅੱਛਾ ਮੈਂ ਜੱਟ ਜਾਵਾਂ ਮਾਨੂਰ ਭੈਣ ਆ ਲੋ ਅੱਛਾ ਢੇਰ ਦਿਹਾੜੇ ਹੋ ਗਏ ਤੇ ਮੇਰਾ ਰੂਹ ਕਾਲਾ ਪਿਆ ਵਦਾ ਪਤਾ ਨਹੀਂ ਉਹਦਾ ਕੀ ਹਾਲ ਹੈ ਅੱਛਾ ਤੇ ਮੈਂ ਉੱਥੇ ਦੋ ਇੱਕ ਟੋਪੇ ਚਾਵਲਾਂ ਦੇ ਚਾਹੀ ਜਾਵਾਂ ਉਹਦੀ ਵਾਸਤੇ ਚਾਹੀ ਜਾ ਮੈਂ ਤਾਂ ਕਦਾ ਰੋਕਿਆ ਨਹੀਂ ਤਾਂ ਪਤਾ ਹੀ ਹੈ ਮੜੋ ਬੈਠੀ ਉੱਥੇ ਸ਼ਹਿਰੇ ਚੋ
चाची तेरी उदे गई है ठीक है काला पा जाता है पता नहीं चाची कि लग गई तो मुड़ दस्ती हटन आली करें दसी बे प्या दी मैं अज वापसी आई हम तो गोड़ वाले चावल पकाने वादा पे चाचे ने आखी बो डाची का दुद्ध खिलाए आवे मैं खीर खावनी गोड़ वाली डाची का दुद्ध थकी दे हां हाय हां आ नहीं अपना बेली उस डाची नहीं रखी हो केड़ा उधर रमजान नहीं हां 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 उन डाची सोई हो मानदी तो नवी नवी डाची सुई तो खीर बहुत चस्ती बननी बा मैं लाया हमने तू दे जा तू दो हट के अभी तक खीर आई हां उठ 5 किलो लाया भी चंगी खुली खीर बननी साढ़े सात ठीक है मैं मोड़ उठ 2 किलो दो टोपे लई वेनी है चावला दे हां लई जा 5 किलो प्याज दे चाय जानी चलो बहन दे चलो चंगी गल है लई जा मैं तन कदा रोकया भलो भी मैं तो कदी नहीं रोकया सगानी मेरी चंगी है ਅਈਏ ਤੇ ਦੀ ਗੱਲ ਆਨਾ ਹੁਣ ਮੈਂ ਕਿਵੇਂ ਹਰ ਚ ਰੋਕਾਂ ਬੇ ਫਲਾਣੀ ਸ਼ਾਇਰਾਂ ਦੇ ਫਲਾਣੀ ਸ਼ਾਇਰਾਂ ਕੋਈ ਦਾ ਘਾਰੇ ਕਰਮਾਲੀ ਦਾ ਤੇ ਯਾ ਮਾਨ ਸਾਹਿਬ ਦਾ ਘਾਰੇ ਹਲਾ ਚੰਗਾ ਠੀਕ ਹੈ ਮੈਂ ਵੈਨੀ ਆ ਹਾਂ ਹਾਂ ਤੇ ਘਰ ਦਾ ਧਿਆਨ ਕਰੀ ਤੇ ਮੋੜੋ ਉਹਨੋਂ ਵੇ ਬਤੂ ਦਾਈ ਬੇ ਬੈਠਾ ਆ ਜਾਵੇ ਤੇ ਮੈਂ ਕੋਸ਼ਿਸ਼ ਕਰੇ ਸਾਂ ਹੁਣੇ ਹੱਟ ਆਸਾਂ ਅੱਛਾ ਹੋ ਸਕਦਾ ਮੈਂ ਨੰਦਿਆ ਝਟ ਪਾਏ ਜਾਵੇ ਹਾਂ ਹਾਂ ਤੇ ਮੋੜ ਬਤਰੀਏ ਨੂੰ ਆਖੀ ਕਾਲਾ ਨਾ ਪਵੇ ਮੋੜ ਭੱਜਣ ਵਾਲੀ ਕਰੇਂਦਾ ਲੂਡਾ ਲਾਡਾ ਹੋਇਆ ਤੈਨੂੰ ਤਾਂ ਪਤਾ ਹੀ ਨਹੀਂ ਨਹੀਂ ਸਾਡਾ ਲੂਡਾ ਲਾਡਾ ਮੇਰੇ ਪੋਤਰੇ ਅੱਲਾ ਮਾਤਾ ਚਲੋ ਠੀਕ ਹੈ ਪੋਤਰੇ ਸਾਡਾ ਠੀਕ ਹੈ ਨੀ ਵਧੀਏ ਮਾਨੂਰ ਨੀ ਮਾਨੂਰ ਭੈਣੋ ਤੇਰੀ ਮਾਸੀ ਆਈ ਖੜੋਤੀ ਹੈ ਨੀ ਸਲਮਾ ਓਆ ਮੇਰੀ ਭੈਣ ਕੇ ਹਾਲ ਹੈ ਠੀਕ ਠਾਕ ਹੈ ਤਬੀਤ ਅਸੀ ਤਾਂ ਠੀਕ ਹੈ ਨੀ ਹਾਲ ਮਾ ਸਲਮਾ ਜੀ ਠੀਕ ਹੋ ਹਾਂਜੀ ਠੀਕ ਠਾਕ ਓਏ ਹੋਏ ਇਹ ਕੈਸਾ ਹੈ ਕੈਸਾ ਹੈ ਇਹ ਹਨ ਚਾਵਲ ਉਥੋਂ ਲਾਇਆ ਆਈਆਂ ਦੋ ਇੱਕ ਟੋਪੇ ਤੇਰੇ ਕਾਂ ਓਏ ਅੱਲਾ ਮੇਰਾ ਪੁੱਤਰ ਅੱਛਾ ਉਹ ਤਾਂ ਹਾਂਜੀ ਓਏ ਹੋਏ 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 ਤੋਬਾ ਮੇਰੇ ਅੱਲਾ ਤੋਬਾ ਸ਼ੁਕਰ ਹੈ ਤੂੰ ਆ ਗਈ ਹੈ ਮੈਂ ਤਾਂ ਆਪ ਅੱਜ ਘਾਲ ਇੱਥੇ ਇਧਰ ਤਿਆਰ ਵਧੀਆ ਲਾ ਲਿਆ ਕਰ ਫੇਰਾ ਤੂੰ ਵੀ ਇੱਥੇ ਬਾਕੀ ਮੈਂ ਬੈਠੀ ਹਾਂ ਸ਼ਾਇਰੇ 'ਚ ਇਹ ਹੁਣ ਸ਼ਾਇਰੇ ਕੀ ਕਰਾਂ ਛੋਹਰ ਦੇ ਮਗਰ ਨਹੀਂ ਮੇਰੀ ਭੈਣ ਨਿਕਲਦੀ ਕਿਦਾਂ ਅੱਜ ਦੌਰ ਹੈ ਕੋਈ ਨਾ ਛੋਰੀ ਕਰਨਾ ਛੱਡਾਂ ਇਹ ਤਾਂ ਗੱਲ ਹੈ ਤੇਰੀ ਸੱਚੀ ਤੇ ਮੈਂ ਆਮਣਾ ਇੱਥੇ ਇੱਧਰ ਬੜੀ ਜ਼ਰੂਰੀ ਗੱਲ ਕਰਨੀ ਆਈ ਮੈਂ ਤਾਂ ਆਪ ਬਹੁਤ ਪਰੇਸ਼ਾਨ ਹਾਂ ਖੈਰ ਕੀ ਬਣਾ ਠੀਕ ਤਾਂ ਇਹ ਬਣਵੀਆ ਮੇਰਾ ਵੱਲ ਵਧਾ ਹਾਂ ਸ਼ੋਦਾ ਠੀਕ ਠਾਕ ਹੈ ਸਾਰਾ ਦੇ ਮੇਰੀ ਭੈਣ ਬੰਦਾ ਹੀ ਕੋਈ ਨਹੀਂ ਇਹ ਤਾਂ ਕੂਲਰ ਵਾਲਾ ਪਾਣੀ ਹੁਣ ਮੁੱਕ ਗਿਆ ਕੋਈ ਨਹੀਂ ਮੈਂ ਹੁਣ ਖਾ ਪੀ ਕੇ ਆਈ ਆ ਕਾਇਨ ਮੇਰਾ ਦਿਲ ਦਾ ਬਾਅਦ ਫਿਲਟਰ ਤੋਂ ਭਰਮ ਸੀ ਹਾਂ ਮੇਰੀ ਭੈਣ ਕੀ ਕਰੇ ਸਵੇਰ ਤੋਂ ਨਿਕਲਦਾ ਹੀ ਤੇ ਸ਼ਾਮੀ ਆ ਘਰ ਵੜਦਾ ਹੀ ਅੱਛਾ ਗਰੀਬ ਬੰਦੇ ਹੋਇਆ ਸੇ ਤਾਜ਼ੀ ਮਜ਼ਦੂਰੀ ਹੋਈ ਹਾਂ ਤੇ ਵਾਤੇ ਇਸ ਵਜ੍ਹਾ ਬਾਹਰ ਆ ਮੇਰੀ ਧੀ ਕਿਉਂ ਖਲੋਤੀ ਤੇ ਮੈਂ ਗੱਲ ਜਾ ਖੇਡ ਮੋੜ ਮਾਂ ਤੇਰੀ ਗੱਲ ਕਰਨ ਦੀ ਬੈਠੀ ਮੈਂ ਗੱਲ ਇਹ ਤੇਰੇ ਨਾਲ ਕਰਨ ਆਵਣੀ ਆਈ ਹਾਂ ਕਿ ਮੈਂ ਆ ਵੱਡੀ ਛੋਹਰ ਤੂੰ ਬੜੀ ਪਰੇਸ਼ਾਨ ਮੈਂ ਨਹੀਂ ਹਾਂ ਮੇਰੀ ਰੋਟੀ ਦੀ ਸੁਣਾ ਮੈਂ ਟਕ ਉਦੀ ਗੁੰਦੀ ਪਈ ਮੈਂ ਨਾ ਮੇਰਾ ਪੁੱਤਰ ਮੈਂ ਖਾ ਪੀ ਕੇ ਆਈ ਆ ਤੇ ਮੈਂ ਜਾਵਣਾ ਹੈ ਉਹ ਮਲੰਗੀ ਦਾ ਜਿਹੜਾ ਨਹੀਂ ਭਤਰੀ ਆ ਉਹ ਅੱਜ ਆਏ ਹੋਇਆ ਨਾ ਤੇ ਉਸ ਆਖਿਆ ਵੀ ਮੈਨੂੰ ਉਹ ਡਾਚੀਆਂ ਦੇ ਦੁੱਧ ਵਾਲੀ ਨਾ ਖੀਰ ਬਣਾ ਦੇ ਤੇ ਉਹ ਮੈਂ ਤੇਰੇ ਚਾਚੇ ਨੇ ਆਖਿਆ ਵੀ ਜਾ ਕੇ ਲੈ ਆਵੀਂ ਤੇ ਜਾ ਕੇ ਮੈਂ ਮੁੜ ਬਣਾ ਦੇਸਾਂ ਇੰਨੇ ਦਿਲ ਹੁਸੜਿਆ ਮੂੰ ਅੱਜ ਉਹ ਦੂਏ ਤਰੀਏ ਦੇ ਨਾਂ ਲੈਂਦੀ ਵਧੀਆ ਬਈ ਮੈਂ ਤਾਂ ਭੈਣ ਵਾਲ ਜਾਵਣਾ ਤੇ ਬਣਈਆਂ ਨੂੰ ਕਰਮਾ ਵਾਲੀਆਂ ਨੂੰ ਮਿਲ ਲਾਵਣਾ ਮੂੰ ਅੱਜ ਮੜੂਰਾਂ ਲੱਗੀਆਂ ਹੀ ਆ ਮੈਂ ਆਖਿਆ ਚਲੋ ਮਿਲ ਲਾਉਂਦੀ ਹਾਂ ਚਲੋ ਚੰਗਾ ਕੀਤਾ ਹੀ ਤੂੰ ਉੱਥੋਂ ਲੱਭ ਚਾਵਲਾਂ ਦੀ ਉਬਾਲ ਲਾ ਰਾਣ ਦੇ ਆਟੇ ਨੂੰ ਤੇ ਮੈਂ ਆਂਦੀ ਆ ਮੂੰ ਬਈ ਇਹਦਾ ਕਿਦਾਂ ਰਿਸ਼ਤਾ ਸੋਹਣਾ ਜਿਹਾ ਵੇਖੀਏ ਤੇ ਕਰੀਏ ਮੈਂ ਬਹੁਤ ਪਰੇਸ਼ਾਨ ਆ ਮੈਂ ਤਾਂ ਕਿਦਾਂ ਨਿਕਲਣ ਦੀ ਕੋਈ ਨਹੀਂ ਉਹ ਨਿੱਕੀ ਹੈ ਨਾ ਤੇ ਚਲੋ ਦੀ ਬਾਹ ਨੱਪੀ ਤੇ ਕਿਦਾਂ ਜਾਵਣਾ ਹੋਏ ਰਿਸ਼ਤੇਦਾਰਾਂ ਦੇ ਨਾਲ ਹਾਂ ਉਹ ਤਾਂ ਜੇ ਬਾਲੜੀ ਹੋਈ ਫੁੱਲ ਮਾਸੂਮ ਹੋਈ ਹਾਂ ਤੇ ਗੱਲ ਤਾਂ ਤੇਰੀ ਵੀ ਠੀਕ ਹੈ ਭਈਆ ਜੰਗਲ ਜਾਇ ਦੀ ਵਸੇਬ ਵਿੱਚ ਬੈਠੀ ਹੈ ਅੱਲਾ ਕੋਈ ਸਵਾਂਝ ਲਾ ਦੇ ਸੀ ਤੇਰਾ ਤੇ ਪਰੇਸ਼ਾਨ ਨਾ ਹੋਈ ਕਰ ਦੀਆਂ ਰੱਬ ਦੀ ਰਹਿਮਤ ਆਉਂਦੀਆਂ ਅੱਲਾ ਕਿਦਾਂ ਨੇਕ ਨਸੀਬ ਇਹਨਾਂ ਦੇ ਬਣੇ ਸੀ ਤੇ ਚੰਗਾ ਇਹਨਾਂ ਦਾ ਸਵਾਂਝ ਲੱਗ ਸੀ ਨਾ ਸ਼ਹਿਜ਼ਾਦੇ ਹੀ ਤੋ ਸ਼ੋਦਾ ਗਰੀਬ ਨਾ ਰਾਤੀ ਸਮਝਾਈ ਨਾ ਦੀਆਂ ਦੀਆਂ ਨਾਲ ਪਿਆਰ ਹੀ ਬਹੁ ਕਰੇਂਦਾ ਤੇ ਉਹ ਕੋਈ ਨਹੀਂ ਸਵਾਲ ਲੋਇਆ ਜਿਹੜਾ ਦਾਣਾ ਨਿਕਲਿਆ ਵਦਾਸ ਉਹ ਪਤਾ ਨਹੀਂ ਮੈਨੂੰ ਵਿਖਾਇਆ ਤਾਂ ਕੋਈ ਨਾ ਸੁਣ ਆਂਦਾ ਤਾਂ ਪਿਆਈ ਹੁਣ ਕੋਈ ਠੀਕ ਹੈ ਅਗਰ ਬਿਹਤਰ ਹੈ ਚਲੋ ਬਿਹਤਰ ਹੈ ਮੈਂ ਦੱਸਦਾ ਪਿਆ ਹਾਈ ਮਲੰਗੀ ਮੈਨੂੰ ਬੇ ਸ਼ਹਿਜ਼ਾਦ ਮਿਲਿਆ ਇੱਥੇ ਆਦਾ ਪਿਆ ਮਲੰਗੀ ਬਣਵਈਏ ਨੂੰ ਬੋਲ ਗਈਆਂ ਉਹਦੀ ਸੁਣਾ ਆ ਵਾਲ ਵਦਾ ਹੈ ਬਸ ਉਹ ਸਖਿਆ ਕੀ ਪੁੱਛਣੀ ਹਾਂ ਭਲਾ ਹੋਵੇ ਮਾਂ ਦਾ ਉਹ ਸੁੱਖ ਨੂੰ ਕੀ ਕਰਨਾ ਜਿਹੜਾ ਮਰੋ ਦੁੱਖ ਸੁੱਖ ਦਾ ਵੀ ਨਹੀਂ ਬੁੱਢਾ ਮੇਰੇ ਗਾਟੇ 'ਚ ਗੱਤਿਆ ਮੈਂ ਰਾਜ ਨੂੰ ਮੇਰੀ ਭੈਣ ਕੀ ਕਰਨਾ ਸਹੀ ਆਦਨ ਬੁੱਖ ਤੇ ਰਾਜ ਦੀਆਂ ਦੋ ਜ਼ਾਬਤਾਂ ਆਉਂਦੀਆਂ ਹੈ ਇੱਕ ਬੈਠੀ ਰਾਜ ਕਰੇਂਦੀ ਏ ਤੇ ਔਖੀ ਏ ਉਂਝ ਮਰਾ ਦਾਲੂ ਤੇ ਇੱਕ ਗਰੀਬ ਟੁੱਕਰ ਤੂੰ ਵੀ ਔਖੀ ਏ ਮਰੋ ਤੇ ਚੰਗਾ ਸ਼ੋਦਾ ਸਾਈ ਸਾਂ ਤੇਰੀ ਲੈਂਦਾ ਪਿਆ ਮਰੋ ਮੇਰੀ ਭੈਣ ਮੈਂ ਤਾਂ ਕਈ ਸ਼ਨੇ ਵੇਂਦੀ ਉਹਦੇ ਪਿਆਰ ਸਲੂਕ ਤੇ ਬੈਠੀ ਆਂ ਮੈਂ ਰੁੱਖੀ ਖਾ ਲੈਨੀ ਆ ਨਾ ਤੇ ਮੈਨੂੰ ਉਹ ਚੰਗੀ ਆਉਂਦੀ ਹੈ ਮੈਂ ਉਹਦੇ ਪਿਆਰ ਸਲੂਕ ਤੇ ਬੈਠੀ ਆ ਤੇ ਉਦੋਂ ਮੇਰੀਆਂ ਧੀਆਂ ਜਵਾਨ ਸਾਰੀਆਂ ਹੋਈਆਂ ਹਾਂ ਜਦੋਂ ਬਾਲਾਂ 'ਚ ਬੰਦਾ ਪਾ ਜਾਂਦਾ ਮੋ ਟੈਨਸ਼ਨਾਂ ਤਾਂ ਬਹੁਤ ਵੱਧ ਵੈਂਦੀਆਂ ਮੇਰੀ ਭੈਣੇ ਤਾਂ ਮੈਂ ਸਮਝ ਸਕਨੀ ਆ ਹਲਾ ਇਹ ਕੋਈ ਕਰੀਏ ਰਲ ਮਿਲ ਕੇ ਕਿਦਾਂ ਇਹਦਾ ਹਲਾ ਇਸ ਤਰ੍ਹਾਂ ਹੈ
ਬਈ ਪਰੇਸ਼ਾਨ ਨਾ ਹੋ ਤੇ ਅੱਲਾ ਚੰਗੇ ਲਾਵਣ ਵਾਲਾ ਹੁੰਦਾ ਸਵਾਂ ਜੋ ਤੇ ਮੈਂ ਕੋਈ ਇਸ ਦੇ ਬਾਰੇ ਸੁਚੇ ਸਾਂ ਤੂੰ ਇੱਕ ਵਾਰੀ ਨਾ ਇਸ ਦੇ ਬਾਰੇ ਐਡੀ ਟੈਨਸ਼ਨ ਤੂੰ ਹਾਲਤ ਵੇਖ ਨਾ ਮੈਂ ਸਦਕੇ ਹੋਵਾਂ ਮੇਰੀ ਬਣ ਕਿਹੜੀ ਆਪਣੀ ਹਾਲਤ ਕੀਤੀ ਬੈਠੀ ਕਿਵੇਂ ਤੂੰ ਆਈ ਜੇ ਲਾਲ ਟਮਾਟਰ ਆਰ ਬਖਦੀਆਂ ਮੇਰੀ ਭੈਣ ਤੇ ਤੂੰ ਇੰਨੀ ਤਾਂ ਸੁੱਤੀ ਪਈ ਵਸਾ ਕਦੀ ਸਦ ਨਾ ਮਾਰਿਆ ਤੂੰ ਐਡੀ ਸੋਹਣੀ ਤੇ ਨਿੱਕੀਆਂ ਮੈਥੋਂ ਤੇ ਹਾਲਤ ਵੇਖੇ ਨਾ ਆਪਣੀ ਕੀਤੀ ਬੈਠੀ ਟੈਨਸ਼ਨ ਬਹੁ ਹੁੰਦੀ ਹੈ ਮੈਂ ਬੜੀ ਪਰੇਸ਼ਾਨ ਆ ਤੇ ਦੂਜੀ ਗੱਲ ਇਹ ਕਿ ਅੱਲਾ ਧੀਆਂ ਦਿੱਤੀਆਂ ਤਾਂ ਨਸੀਬ ਹੀ ਨਾ ਦੇ ਬਣ ਜਸਲਾ ਮੈਂ ਵੇਖ ਲਾ ਔਲਾਦ ਕੋਈ ਨਹੀਂ ਪਰ ਮੋੜ ਕੇ ਹਾਲ ਹੈ ਸ਼ਹਿਜ਼ਾਦ ਬਣਵੀਆ ਠੀਕ ਹੈ ਤਬੀਅਤ ਸਿਆ ਠੀਕ ਹੈ ਸ਼ੁਕਰ ਹੈ ਜੀ ਸੁਣਾਓ ਦਾਣਾ ਫੇਸ ਗਈ ਕੋਈ ਨਾ ਕੋਈ ਵਲ ਵਦਾ ਮਲੰਗੀ ਦਾ ਸੇਂਦਾ ਪਿਆ ਮੈਂ ਤਾਂ ਕੋਈ ਨਹੀਂ ਨਿੱਕੀ ਨਹੀਂ ਬਾਬਾ ਉਹ ਵੀ ਨਿੱਕੀ ਨਿੱਕੀ ਗੱਲ ਜਾ ਘਰ ਦਾ ਸੇਂਦ ਹੋਇਆ ਹਾਂ ਕੋਈ ਨਾ ਜੀ ਕਿਲਾ ਗੁੱਡਾ ਹੋਇਆ ਬੈਠਾ ਓਏ ਮੇਰੇ ਅੱਲਾ ਤੇ ਕੋਈ ਦਵਾਈ ਸ਼ਵਾਈ ਲਾਓ ਦਵਾਈਆਂ ਵੀ ਲਵੇਂਦੀਆਂ ਜੀ ਕੰਮ ਦੰਦੋ ਆ ਜੀ ਮੁਰਦੋ ਪਿਚ ਕੰਮ ਕਰ ਕਰਕੇ ਤੁਹਾਨੂੰ ਪਤਾ ਪਰ ਜਾੜ ਕਢੇਨੇ ਆ ਭਲਾ ਅੱਜ ਕੱਲ ਸਪਰੇ ਕੌਣ ਕਰੇਂਦਾ ਹਾਂ ਤੂੰ ਵੜ ਪਿਓ ਤੂੰ ਦੇਖ 500 ਰੁਪਏ ਦੇ ਪਿੱਛੇ ਸਪਰੇਨ ਜੋੜ ਪਿਆ ਅੱਜ ਕੱਲ ਮੇਰੀ ਭੈਣ ਤਾਂ ਸੀ ਮਜ਼ਦੂਰੀ ਤੁਹਾਨੂੰ ਖਪਦੀ ਬੈਠੀਆਂ ਸ਼ਾਮ ਵੇਲੇ ਕੁਝ ਤੀਲਾ ਲੈ ਕੇ ਆ ਵੈਂਦਾ ਕੀ ਕਰੀਏ ਨਹੀਂ ਨਿਭਦੀ ਮੈਂ ਤੈਨੂੰ ਆਖਿਆ ਮੈਂ ਉਹਨਾਂ ਚੌਧਰੀਆਂ ਦੇ ਘਰ ਵਾਂ ਕੰਮ ਕਰੇ ਨਹੀਂ ਐਸਾ ਕਿ ਨਹੀਂ ਕਰਨਾ ਰਾਜੀ ਹੁਣ ਮੇਰੇ ਹੁੰਦਿਆਂ ਤੂੰ ਕਰੇ ਮੇਰੀ ਭੈਣ ਆਜ ਤਾਈਂ ਪਿੱਛਾ ਕੋਈ ਘਰ ਕੀਤਾ ਹੀ ਸੋ ਜੀ ਹੁਣ ਮੇਰੇ ਕੋਲ ਆ ਕਰੇ ਗੱਲ ਮੈਂ ਦੱਸੋ ਤੈਨੂੰ ਮੈਂ ਦੋ ਤਰਾ ਬੱਕਰੀਆਂ ਲਿਆ ਦੇਵਾਂ ਬਲਾ ਉਹ ਰੱਖ ਇੱਥੇ ਆਏ ਗੱਲ ਤਾਂ ਵੱਡੀ ਮੇਰੇ ਦਿਲ ਦੀ ਕੀਤੀ ਹੈ ਕੀ ਆ ਨਾ ਸ਼ਹਿਜ਼ਾਦ ਬਣਵੀ ਆ ਦੋ ਤਰ੍ਹਾਂ ਬੱਕਰੀਆਂ ਫਲ ਪੋਸੇ ਚਲੋ ਇਸ ਦਾ ਕੋਈ ਹਿੱਸਾ ਬਣ ਜਾਸੇ ਹਾਂ ਨਸੀਬਾਂ ਦੀ ਗੱਲ ਬਖਤਾਂ ਦੀ ਗੱਲ ਰੁੱਲੀ ਪਈ ਆ ਇਹਨਾਂ ਧੀਆਂ ਦੇ ਪਿੱਛੇ ਕੋਈ ਨੀ ਕੋਈ ਨੀ ਫਰਕ ਕਰਦੇ ਜਿਵੇਂ ਮੇਰੀ ਭੈਣ ਆਪਣੇ ਬੋਤੇ ਆਪਣੀ ਵੇਖ ਮਿੱਟੀਆਂ ਚਾਰ ਸੱਟੀਆਂ ਇਸ ਕਦੀ ਸਿੰਨੀ ਫੋਸੀ ਤੇ ਲੱਤ ਨਾ ਦਿੱਤੀ ਇਹ ਮੇਰੀ ਭੈਣ ਮੇਰੀ ਭੈਣ ਜਿਹੜੇ ਨਸੀਬ ਮੁਕੱਦਰ ਹੋਣ ਉਹਨੂੰ ਇੱਥੇ ਕੀ ਆਖ ਸਕਦੇ ਆ ਰੱਬ ਲਿਖ ਦੋ ਆ ਅੱਜ ਤੇ ਰਾਤੀ ਥਾਈ ਹੈ ਨਾ ਮੇਰੇ ਕੋਈ ਨਾ ਬਾਲੀ ਮੈਂ ਘਰ ਵੈਸਾਂ ਉਹ ਮੋਇਆ ਪਰ ਸਮਦਾ ਡੋਰਾਂ ਦੇ ਵਿੱਚ ਤੇ ਮੇਰੀ ਭੈਣ ਕੋਠਾ ਭਰਿਆ ਪਿਆ ਸਮਾਨ ਨਾਲ ਅੱਜ ਜਿਹੜੀ ਹਾਲਾਤ ਕੋਈ ਚੜਸੀ ਤੇ ਚਾੜ ਕੇ ਲੁੱਟ ਕੇ ਲਈ ਜਾ ਮੈਂ ਤਾਂ ਕਿਹਾ ਜੀ ਮੇਰੀ ਭੈਣ ਖਾਈ ਸੀ ਰਾਤੀ ਕੋਈ ਦੁੱਖ ਸੁੱਖ ਦੀਆਂ ਕਰੇ ਸਾਂ ਹਲਾ ਚਲੋ ਔਸਾ ਮੇਰੀ ਭੈਣ ਮੈਂ ਅਗਲੇ ਬੁੱਧ ਜੁਮੇ ਰਾਤ ਨੂੰ ਔਸਾ ਤੇਰੇ ਕੋਲ ਤੂੰ ਪਰੇਸ਼ਾਨ ਨਾ ਹੋਈ ਕਰ ਮੈਂ ਤਾਂ ਤੂੰ ਬਹੁ ਪਿਆਰੀ ਹੈ ਤੇ ਕਾਸ਼ਾ ਖਵਾਈ ਪੁੱਛੀ ਹੈ ਮੈਂ ਤਾਂ ਕਿਹਾ ਮੈਂ ਤੇ ਰੋਟੀ ਕਾਈ ਨਾ ਮੇਰਾ ਵੀਰਾ ਤੂੰ ਨਾ ਪਰੇਸ਼ਾਨ ਹੋਇਆ ਕਰਨਾ ਟੈਨਸ਼ਨ ਲਈ ਕਰ ਮੇਰੀ ਭੈਣ ਦਾ ਬੂਆ ਹੈ ਮੈਨੂੰ ਮੈਂ ਕੋਈ ਜਾ ਕਿਸੇ ਨੇ ਭਲਾ ਗੀਲਾ ਕਰਨਾ ਆਏ ਵਾਦਾ ਕਰੇ ਨਹੀਂ ਮੇਰੀ ਭੈਣ ਜਦੋਂ ਅਮਨੀ ਸਾਡੇ ਗਰੀਬਾਂ ਲਈ ਕੋਈ ਕਾਸ਼ਾ ਚੱਖ ਲਈ ਕਰ ਪਾਣੀ ਦਾ ਘੁੱਟ ਪੀ ਲਿਆ ਕਰ ਨਾ ਆਖਿਆ ਕਰ ਅੱਲਾ ਤੂੰ ਡਰਿਆ ਕਰ ਮੈਂ ਕਿਹਦੀਆਂ ਵੀਰਾਂ ਅਮੀਰ ਬਣੀ ਵਧੀਆਂ ਹਾਲਾ ਮੈਂ ਕੀ ਆਤੀ ਪਈਆਂ ਆ ਜਿਹੜਾ ਨਾ ਆ ਜੰਜੀਰੀ ਗਈ ਮੇਰੀ ਹਨਾ ਇਹ ਨਾ ਰੱਖ ਲਾ ਤੇ ਇਹਨੂੰ ਚਵੇਚੀ ਉੱਥੇ ਆਪਣੇ ਜਿਹੜਾ ਨਾ ਕੁਛ ਲਾ ਲਵਿਆ ਮੇਰੀ ਭੈਣ ਤਾਂ ਸੋਨੇ ਦੀ ਤੇ ਮਲੰਗੀ ਮੈਂ ਤਾਂ ਕੋਈ ਗੱਲ ਕਰ ਲਵੀ ਆ ਨਹੀਂ ਮਲੰਗੀ ਬੇਵਕੂਫ ਜਿਹਾ ਉਸ ਮੈਨੂੰ ਕੀ ਆਖਣਾ ਹੈ ਆ ਜੰਜੀਰੀ ਗਈ ਉੱਥੇ ਵੇਚ ਛੱਡੀ ਤੇ ਐਪਣ ਵੀ ਹੈ ਮੇਰੇ ਦਾ ਇਲਾਜ ਵੀ ਕਰੀ ਤੇ ਇਹ ਜਿਹੜਾ ਨਾ ਆ ਬਾਲੜੀਆਂ ਨੂੰ ਕੋਈ ਸੁਰ ਦਾ ਟੁੱਕਰ ਖਵਾਇਆ ਕਰ ਕੋਈ ਨਹੀਂ ਭੁੱਖ ਮਲੰਗੀ ਨੂੰ ਮਲੰਗੀ ਨਾ ਅੱਖਾਂ ਨਾ ਢਾਏ ਪਈਏ ਉਹ ਸਖਣਾ ਹਲਾ ਠੀਕ ਹੈ ਮੈਂ ਤੈਨੂੰ ਹੋਰ ਬਣਵਾ ਦੇਣਾ ਕਿਵੇਂ ਦਾ ਤੁਸੀਂ ਗੱਲਾਂ ਕਰਦੇ ਪਏ ਅੱਗੇ ਵੇ ਬੜਾ ਸ਼ਹਿਜ਼ਾਦ ਬਿਰਾਈ ਨਾ ਕੀਤਾ ਕਰੋ ਮੈਨੂੰ ਪਰਾਈ ਸਮਝੀ ਵਧਿਓ ਹੁਣ ਆਈ ਨਾ ਕੁੱਤੀਆਂ ਦਾ ਕਹੇ ਸੋਚਣਾ ਮੈਂ ਨਹੀਂ ਸੋਚਣਾ ਤਾਂ ਕਹੇ ਸੋਚਣਾ ਮੈਨੂੰ ਇਹ ਤਾਂ ਦੱਸ ਮੈਂ ਜੋ ਵੱਡੀ ਆ ਤੇ ਮਾਂ ਤੇ ਮਾਸੀ ਆ ਅਜੀਬ ਜਿਹਾ ਮੇਰੀ ਭੈਣ ਲੱਗਦਾ ਹੋਰ ਗੱਲ ਕੋਈ ਨਹੀਂ ਹੋਈ ਆਂਦਾ ਵੀ ਸਾਡੀ ਭੈਣ ਭੂਏ ਤੇ ਆਂਦੀ ਹੈ ਦਾ ਸਾਰੇ ਖਬਰਦਾਰ ਹੋ ਮੈਨੂੰ ਤਾਂ ਸੇਂਦਾ ਪਿਆ ਹਾਈ ਦੂਸਰਾ ਮਲੰਗੀ ਜੋ ਪਿਆ ਦੀਆ ਬ ਮੈਂ ਆਪਣੀ ਨਥਲੀ ਵੇਚਣੀ ਤੇ ਮੇਰੀ ਭੈਣ ਤੋਂ ਪੁੱਛ ਕੇ ਸੁਨਾਰਾ ਚੰਗਾ ਜਿਹਾ ਮੈਂ ਤੈਨੂੰ ਇਤਨਾ ਮਰੇਸਾ ਨਾ ਇਹ ਮੈਂ ਬਹੁਤ ਸ਼ੌਕਾਂ ਦੀਆਂ ਬਣਵਾ ਕੇ ਤੇਰੇ ਕੰਨਾਂ ਦੇ ਵਿੱਚ ਤੇਰੇ ਨਾਕੇ 'ਚ ਪਾਈ ਆਈ ਖਬਰਦਾਰ ਜਿਨ੍ਹਾਂ ਦੇ ਵੇਚਣ ਦੀ ਗੱਲ ਕਰੇ ਸੇ ਤਾਂ ਭੈਣ ਤੇਰੀ ਬੈਠੀ ਮੈਂ ਇੱਥੇ ਤੋਂ ਔਲਾਦ ਹੈ ਕੋਈ ਨਾ ਇਹਨਾਂ ਦੇ ਬਾਰੇ ਮੈਂ ਨਹੀਂ ਸੋਚਣਾ ਤਾਂ ਕਹੇ ਸੋਚਣਾ ਹੈ ਅੱਛਾ ਚਲੋ ਠੀਕ ਹੈ ਹਾਂ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਕਰੋ ਠੀਕ ਤੇ ਨਾ ਕੋਈ ਇੰਜ ਇੱਕ ਦੂਜੇ ਨਾਲ ਨਾ ਕਾਈ ਕਾਸ਼ਾ ਅਬੂ ਚਾਵਲ ਉਬਲੇਂਦੀ ਪਈ ਮਾਫੀ ਲੈ ਕੇ ਆਇਆ ਚਾਵ ਹਾਂ ਚਾਵਲ ਆਂਦੇ ਮੈਂ ਆਖਿਆ ਚਲੋ ਬਾਲੜੀਆਂ ਵੇਲੇ ਕੁਲੇ ਖਾ ਬਾਸ ਦਾਲ ਚਾਵਲ ਬਣਾਉਂਦੀ ਪਈ ਚਲੋ ਉਹ ਬਣਾ ਲਾ ਹਾਂ ਚੰਗੀ ਗੱਲ ਹਲਾ ਠੀਕ ਹੈ ਮੈਂ ਵਹਿਨੀ ਆ ਨਾ ਰਾਜ਼ ਨਾ ਹੋਵਣ ਮੇਰੀ ਸ਼ਹਿਜ਼ਾਦੀ ਭੈਣ ਅਨਾ ਤੇ ਨਾ ਰੁੰਨੀ ਕਰ ਤੇ ਨਾ ਪਰੇਸ਼ਾਨ ਹੋਈ ਕਰੋ ਅੱਲਾ ਹੁੰਦਾ ਸਵਾਂਜ ਲਾਵਣ ਵਾਲਾ ਅੱਲਾ ਸੋਹਣਾ ਮਦਦ ਕਰੇ ਸੀ ਤੇ ਤੇਰੀ ਧੀ ਦਾ ਵੀ ਕੋਈ ਚੰਗਾ ਘਰ ਬਣ ਜਾਸੀ ਇਹ ਗੱਲਾਂ ਨਾ ਕੀਤੀਆਂ ਕਰ ਠੀਕ ਹੈ ਚੰਗਾ ਅੱਲਾ ਨੂੰ ਸੌਂਪਿਆ ਮੇਰੀ ਭੈਣ ਸੁੱਖ ਨਾਲ ਆਪਣੇ ਘਰ ਤੇ ਆਪਣੇ ਮਰ ਚੰਗਾ ਮੇਰਾ ਵੀਰਾ ਅੱਲਾ ਨੂੰ ਸੌਂਪਿਆ
ਚੰਗਾ ਨਹੀਂ ਮੇਰੀ ਧੀ ਖਿਆਲ ਨਾਲ ਜਾਮੀ ਤਰਾਸ ਕੁੱਤੇ ਹੀ ਹੈ ਨਹੀਂ ਗਵਾੜੀਆਂ ਦੇ ਆ ਸਾਡੇ ਤੇ ਐਡੇ ਗੰਦੇ ਕੁੱਤੇ ਨਹੀਂ ਮਾਂ ਤੱਕ ਵੀ ਉਹ ਦੁਪਰ ਉਪਰ ਵਲਾ ਕੇ ਆਈ ਆ ਤੁਸੀਂ ਨਾ ਪਰੇਸ਼ਾਨ ਹੋਵੇ ਠੀਕ ਹੈ ਮੇਰੀ ਭੈਣ ਚਲੋ ਖਿਆਲ ਨਾਲ ਵੀ ਸ਼ਾਇਦ ਹੀ ਲੋੜ ਹੋਵੇ ਨੰਬਰ ਮੇਰਾ ਹੈ ਹੀ ਨਾ ਕੋਲ ਆ ਹੈ ਪਿਆ ਉਸ ਤੇ ਮੈਨੂੰ ਕਾਲ ਠੋਕੀ ਕਰ ਮੈਂ ਵੇਖ ਕੇ ਤੇਰੇ ਨਾਲ ਗੱਲ ਕੀਤੀ ਕਰੇ ਸਾਂ ਹਾਂ ਤੇ ਠੀਕ ਹੈ ਚੰਗਾ ਅੱਲਾ ਨੂੰ ਸੌਪਿਆ ਅੱਲਾ ਸੋਹਣਾ ਤੁਹਾਡੀ ਮਦਦ ਕਰੇ बंदा ना आवे कर लेंदा जदों आउंदी काई ने का शायद दे के जांदी ते इत्थों ना आवे नहीं आउंदी मैं बहुत अजीब जा लगदा मैं किवें ना करा तू कमला है पिया चलो हो जाने बहन दे के गई ओदी खुशी जो चल तेरी बहन जो हुन किदे वैंदा पिया है ओए हुन बारू सोट जे ना डोरा दी अच्छा चलो डोरा दी सोच ते कल बात सुना रहे दे हमसा है किवें तेरी सलाह है अमान पुत्रो मान अली हां जी तो किदे की चाची मरगे भी आए कोई ना वदी थे पोत्रो वइदे गए बहन दे घर ओ देखो रोस के वा की है ओ नहीं मेरा पोत्र एक तक कब आ तेरे अच्छा जे ले वगदा उन कोई ना कोई जाख ले नोस जामना या ओ पोत्र मेरी तो सुनो आए ओ आ तेरी मैं की सुना चाचा के घर निकलने वाली भाई चाची ने कौन रुसाइंदा है एटी सोनी जनानी ते रुसा के दुए घर गाल सट्टी कौन सोन ते सही ओ साख्या ही दूध लाया नहीं एदार अचार पवणा होना सा दूधदा ਘਰੇ ਤੁਹਾਡੀ ਲੜਾਈਆਂ ਨਹੀਂ ਮੁੱਕਦੀਆਂ ਓਏ ਅਮਦੀ ਪਈਏ ਨਹੀਂ ਅਮਦੀ ਪਈਏ ਹੁਣ ਪਤਾ ਨਹੀਂ ਕੌਣ ਕਿਵੇਂ ਕੌਣ ਮਨਾਇਆ ਅਮਸੀ ਹੁਣ ਤੇ ਚਾਚਾ ਲਾਇਆ ਉਹਨੂੰ ਅੱਛਾ ਭਾਈ ਜਾਨਾ ਇਹ ਹੋਇਆ ਕੇ ਬਣ ਆ ਗਈ ਆ ਕਮਲਾ ਓ ਕਮਲਾ ਓ ਕਮਲਾ ਆ ਨਹੀਂ ਗਈ ਕੇ ਬਣਿਆ ਓ ਲਵੇ ਲੜਨ ਲੱਗ ਮੈਂ ਤਾਂ ਲੜ ਕੇ ਤਾਂ ਖਲਿਆ ਹੱਥੀ ਪਾਏ ਗਿਆ ਉਸੇ ਬਾਲ ਦੇ ਕੀ ਬਣਿਆ ਮੰਗਾ ਕੁਝ ਵੀ ਨਹੀਂ ਹੋਇਆ ਤੇ ਚਾਚਾ ਚਾਚਾ ਚਾਚੀ ਨਾਲ ਲੜਿੰਦਾ ਹੈ ਦੀ ਸੋਣੀ ਸਮਾਈ ਨਾਲ ਆ ਚੁੱਪ ਕੀਤੀ ਰੱਖੀ ਗੱਲ ਅੱਛਾ ਸੁਣਾ ਦੋ ਧੰਦੇ ਦੋ ਧੰਦੇ ਆਇਆ ਪਈ ਮੈਂ ਬੇਲੀ ਛਦੇਂਦੇ ਪੈ ਤਾਸ਼ ਤੇ ਜਾਂਦਾ ਪਿਆ ਹਾਂ ਠੀਕ ਹੈ ਚੰਗਾ ਮਕਬੂਲ ਲਾ ਉਤੇ ਰੇਸ ਵਲ ਜਾਉਂ ਆਹ ਤੇ ਤਾਸ਼ ਖੇਲਣਾ ਜੇ ਉਹ ਕਾਲੇ ਮੂੰਹ ਵਾਲਾ ਤੇ ਜੇ ਆ ਤੂੰ ਹਨਾ ਕੁਝ ਨਾ ਭਲਾ ਉਸ ਨੂੰ ਰਨ ਕੁੱਟ 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 ਕੇ ਸ਼ਾਮੀ ਕੱਦਾਂ ਟਾਪ ਕੇ ਅੰਦਰ ਵੈਂਦਾ ਆਇਓ ਦਾ ਹਾਲ ਹੈ ਓਏ ਬੜਾ ਬਖਤ ਹੁੰਦੇ ਜਿੰਨ ਸਵਾਣੀ ਮਾਰੀ ਹਲਾ ਗੱਲ ਸੁਣ ਕੁੰਡੀ ਮੈਂ ਅੰਦਰੋਂ ਲਾ ਛੱਡ ਸਾਂ ਤੇ ਉਹ ਬਿਸਤਰਾ ਬਣਿਆ ਪਿਆ ਸੀ ਢੋਰਾਂ ਤੋਂ ਤਾਂ ਸਾਈਂ ਜਾਵੀਂ ਚਾਚਾ ਮੇਰੀ ਦੁਆ ਅੱਲਾ ਤੈਨੂੰ ਹੋਰ ਬਖਤ ਲਾਵੇ ਅੱਛਾ ਤੂੰ ਇੰਜ ਕਰ ਮੈਂ ਮੁਰ ਘਰ ਜਾਣਾ ਪਿੱਛਾ ਬੋਲ ਜਾਣਾ ਪਰੇਸ਼ਾਨ ਅਬੇ ਬਕੂਵਾ ਉਹ ਘਰ ਕੱਲਾ ਹੈ ਮੈਂ ਤੇਰੀ ਵਜ੍ਹਾ ਤੋਂ ਛੋੜੀ ਜਾਣਾ ਤੇ ਤੂੰ ਵਾਦਾ ਤਾਂ ਪਿਆ ਬੰਦੇ ਐਵੇਂ ਗੱਲਾਂ ਕਰਸਨੇ ਮੈਂ ਤਾਂ ਕਿਹੜੇ ਬੰਦੇ ਜਾਂ ਗੱਲ ਮੈਂ ਮੂੰਹ ਤੇ ਕਸੂਨ ਨਾ ਮਾਰਾਂ ਅਲਾ ਜਾ ਹੁਣ ਥੁੱਕਾ ਨਾ ਮੇਰੇ ਉੱਤੇ ਸੱਟ ਭੁੱਖ ਭੁੱਖ ਕਾ ਕਰੀਂ ਨਾ ਇਹ ਰਨ ਤਾਂ ਵੇ ਐਦੂ ਵੇ ਰਨ ਵੇ ਇਹ ਐਦੂ ਆਰ ਵੇਲੇ ਪੁੱਛੋਲ ਚਾਇਓ ਵਾਸਤੇ ਟੁਰੇ ਹੋਏ ਅੱਜੇ ਆਉ ਨਾ ਤੁਸੀਂ ਤਾਂ ਪਹਿਲੇ ਓਏ ਹਾਲੇ ਓਏ ਕੀ ਹੋਏ ਯਾ ਓਏ ਮੈਂ ਅੰਦਰੋਂ ਮਰ ਗਿਆ ਮਹੀਨਾ ਤੂੰ ਵਗ ਗਈ ਏ ਮਹੀਨਾ ਘਰ ਖਾਵੇਂ ਆਵੇ ਮੈਂ ਕਿਤੇ ਵਗ ਗਈ ਆ ਜੜ ਗਿਆ ਪੁੱਜ ਬੈਠ ਗਿਆ ਕਿਉਂ ਮੈਂ ਕਿਤੇ ਜਾਵਣਾ ਘਰ ਦਿਸੀ ਕਾਨੂੰ ਮੈਂ ਕੰਮ ਵੇਖਣੀ ਆਪਣੇ ਆਪਣੇ ਕੰਮ ਵੇਖੇ ਨਹੀਂ ਇਹ ਕਿਹੜੇ ਕੰਮ ਆ ਜਿਹੜੇ ਇੰਗੋ ਕ ਪੁੱਛਿੰਦੇ ਨਹੀਂ ਕਾਸੇ ਪੁੱਛਿੰਦੇ ਬਦਤਮੀਜ਼ ਇਹ ਜੋ ਹਾਲ ਹੈ ਲਗਾਤੇ ਕਿਲੋ ਤਾਂ ਮੈਂ ਆਖਿਆ ਪਤਾ ਨਹੀਂ ਕੀ ਬਣ ਗਿਆ ਕਿਤੇ ਗਈ ਬਹਿਣ ਮੇਰੀ ਬਹਿਣ ਦੇ ਘਰ ਗਈ ਆ ਮੈਂ ਉਹਦੇ ਕੀ ਆ ਕੰਮ ਆਈ ਮੈਨੂੰ ਉਹਦੇ ਹਲਾ ਮੇਰੀ ਗੱਲ ਸੁਣ ਹੁਣ ਤਾਂ ਮੈਂ ਬਣਾਉਂਗਾ ਖੀਰ ਉਹਦੇ ਸਲਮਾ ਨਾਲ ਗਈ ਆ ਕਿਹੜੀ ਸਲਮਾ ਬਣਾਈ ਨਹੀਂ ਹਾਂ ਉਹਦਾ ਹੀ ਗਈ ਆ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਕਾ ਇੱਕ ਟਾਈਫੂਨ ਜਿਹੜਾ ਮੇਰਾ ਮੁੰਡਾ ਪਹਿਨਣਾ ਚਲ ਬੋਲ ਅੱਛਾ ਤੂੰ ਮੈਨੂੰ ਦੱਸ ਬਈ ਹੁਣ ਤਾਂ ਮੈਂ ਬਣਾਉਂਗਾ ਖੀਰ ਹਾਂ ਤੇ ਤੇਰੇ ਨਾਲ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਅਗਰ ਤੂੰ ਮੰਨ ਜਾਵੇਂ ਤਾਂ ਕਰ ਤੇਰੀ ਮੈਂ ਸ਼ਾਦੀ ਸਲਮਾ ਨਾਲ ਨਾ ਕਰਾਵਾਂ ਪਰਾਂ ਦਫਾ ਉਹ ਮੜੂਆ ਗੱਲ ਹੋ ਗਈ ਨਾ ਬਈ ਹੁਣ ਉਂਝ ਮੈਂ ਮੈਥੋਂ ਤੇ ਦਿਲ ਭਰ ਗਿਓ ਸੀ ਗਿਆ ਨਾ ਘਰ ਵਾਲੇ ਦਾ ਪਿਆਰ ਜਾਗਿਆ ਖਲੋਤੇ ਹੋਰ ਕਿਹੜੀ ਗੱਲ ਹੈ ਘਰ ਵਾਲੇ ਨੂੰ ਸੱਟ ਪਵੇ ਪਰ ਸੁੱਤੇ ਪੈ ਨੂੰ ਸੱਪ ਲੜੇ ਗੋਲੀ ਲੱਗੋ ਉਸ ਤੇ ਜਾਂਦੇ ਪੈਦਾ ਐਕਸੀਡੈਂਟ ਉਸ ਮੈਂ ਤਾਂ ਸਰੀਕਾ ਨਹੀਂ ਪਿਆ ਚੁੱਕਾ ਵੇਖ ਛੁੜਾਉਂਦੀ ਪਈ ਮੇਰੀ ਗੱਲ ਤਾਂ ਸੁਣ ਤੇ ਇੱਥੇ ਚੁੱਕਾ ਛੁੜਾਉਂਗਾ ਜਾਂ ਤੇਰੇ ਨਾਲ ਮੈਂ ਚੁੱਕਾ ਬੰਨੂ ਚੁੱਕਾ ਤਾਂ ਛੁੜਾਉਂਗਾ ਵੀ ਮੈਂ ਅੱਗਾ ਪੰਨੀ ਜਾ ਸੰਗਤ ਮੈਂ ਉਧਰ ਉਧਰ ਆ ਸੰਗਤ ਕਾਹ ਨਹੀਂ ਲੋੜ ਮੈਂ ਸ਼ਾਦੀਆਂ ਦੀ ਹਲਾ ਮੇਰੀ ਤਾਂ ਗੱਲ ਸੁਣ ਮੇਰਾ ਸ਼ਹਿਜ਼ਾਦਾ ਸਲਮਾ ਮੇਰਾ ਸੋਹਣਾ ਮੇਰੀ ਗੱਲ ਸੁਣ ਮੇਰਾ ਤੇਰੇ ਬਿਨਾਂ ਜੱਟ ਪੰਦਾ ਹੈ ਇੰਨੇ ਤਾਂ ਮੈਂ ਤੈਨੂੰ ਆਖਿਆ ਬਈ ਚਾਚੀ ਨਾ ਸੱਦਿਆ ਕਰ ਜੱਟ ਪੇਜ ਤਾਂ ਉਹਦੇ ਟੁਰੀ ਹੈ ਓਹੋ ਮੈਂ ਭੈਣ ਦੇ ਘਰ ਗਈ ਆ ਮੇਰੀ ਗੱਲ ਸੁਣ ਇਸ ਵਾਸਤੇ ਕਰੇਂਦੀ ਪਈ ਆ ਤੇਰੇ ਮਾਂ ਤੇ ਪਿਓ ਦਾ ਮੂੰਹ ਬੰਦ ਹੋ ਵਈ ਸੀ ਆਏ ਮਲੰਗੀਏ ਇਹਦਾ ਦਿਮਾਗ ਸ਼ੈਤਾਨ ਵਾਲਾ ਇਹ ਕਿਸੇ ਟਾਈਮ ਇਹ ਸ਼ੱਕ ਕੀਤੀ ਖਲੋ ਸੀ ਬੇ ਚਾਚੀ ਬਤਰੀਆ ਹਰ ਵੇਲੇ ਇਕੱਠੇ ਕਿਉਂ ਆਉਂਦੇ ਆਏ ਜੋ ਤੇਰਾ ਹੋ ਬਣੀ ਉਸ ਨਾਲ ਰਿਸ਼ਤਾ ਇੱਕ ਤੋਂ ਮੇਰੀ ਬਣੇ ਰਕਸਾ ਉਹਨੂੰ ਮੈਂ ਲਿੱਤਾ ਰੇਟ ਸਾਰੀ ਜ਼ਿੰਦਗੀ
दुआ तू तो मैं सारी जिंदगी कट्ठे रह सकसा, गल नूं समझिया कर, मैं किस कारण इतना करेंदी पई हां। अरे ये नहीं मैं तेनू आदि पई, बै तू पुछदी पई, मैं तेनू आदि पई ये काम करना है। वह मेरी बने ही है, जेन जान उस कानून रखसा पऊ लेठ है। उस तो बाद एक तो तेरा कोई नवा बन जासी, पति पुत्र हो जसे, दूआ सारी दुनिया का सारे का मुंह बंद हो जासी। हां तेन केड़ा रोल है, मैं जिंदे आल जावा, जेड़े सुनानी कोल जावा, तेन केड़ा मसला। मार ना गत्ता मैं तेनू भी तना जी, हां मारी खलोती है, जेड़े तेरे बारे सोचे मारी खलोती है तू। मैं अच्छा अंदरू मारी खलोती है हुण, मैं तो दिल भर गई जी, परा मुंह कर गया। बर्दाश्त कर जासी? बर्दाश्त किदे करिंदा है, बस ना पूछो। लेकिन माया नहीं, मैं तो पक्का पक्का खुश ना जावे, मैं ये डर लग नहीं खुशता जी, मैं मलंगी जहर लगता ना, मेरे दिल को तो मोड़ भुगोली दे चाहिए, मोड़ भी है कि मैं गाल सोचे होवे चाचा इन्हे, मैंने भी बड़े ही जहर लगती पई है, पर मैं आनी हाँ आ लोगों का मुँह बंद हो जासी। तू तो मैं एक को जसा पक्के पक्के, किसी ना जो हवा गुल सी ना लोगों लग सी। अल्लाह जिदे दिल है ना जेडे फाए लावने ला च, मैं तैयार हाँ। तू तो मेरी जिंदगी है, फाए क्यों तेन लावना है। हला उठी मैं तेरे कर खीर बने नहीं हूँ, कावड़ खत्म कर अपने, उस ठंडा पानी आज राती मैं तेरी राणी ते मैं की आदी पई हूँ। हाँ राती तो पई हूँ, बताऊँ अजी थां ही राणा, मैं मलंगी नहीं सतवाक छड़ा, मैं कुंडी मार छुड़े सा उदा ही बाहर डाए पावे। हला चल खीर बना। हाँ मैं खीर बनेंदी पई हूँ, हर वेले रोसे तो मने वे अही चाहना वे, मैं तेन मनेंदी रह जावा, मैं प्यारा लगना है ना इस वास्ते, ए नाज करेना मेरे नाल। अल्लाह बना, अल्लाह बना आता करेंदा रहा डाटा भाई, मैं उचाला गाटे पाया तो डाडी भाई बने ही लिया पलिता रेट रासी, वो तो मुढ़ू अंदरों नहीं पाई निकलती, इन कोई अनोखा झूर जल गया सो नी सलमा। हाँ जी मासी। के करें दी रानी अंदर तो? कुछ नहीं वैसे लंबी पई है। खैर है तैनू, अही हर वेले मंजी मल्ली हो, ये तैन हो के गया? कुछ नहीं। अखे कोच जी ने आटा दिला पकोन चा, मैं आंदे बताऊं तो प्याज थोड़े जे बनाई नहीं आ, पता ही अब इस टाइम मान नु तो भूख लगी होंदी तो टाइम नाल टुक्कर देवना होंदा है। मासी मैं आटा काट देनी, तुसी आप कौन लवे, मैं को नहीं वाला आंदा। के आदी पई है? आटा गुन्नण दा वाल को नहीं आंदा। ते पिछे मां कोई नु सिखाया सिखाया की होए काम वेदा पे मेरे सिर नु पीड़ा, मखा आटे दी लाप चा गोने के मैं थनो गुईदा आपे गोन ला, मैं पई आदी को नहीं आंदा। ਇਤੇ ਤੋਂ ਨਿੱਕੀ ਹੈ ਵੱਡੀ ਹੈ ਚਾਚੀ ਹੈ ਵੱਡੀ ਹੈ ਚਾਚੀ ਹੈ ਮਾਂ ਤੇਰੀ ਚਾਚੀ ਆ ਮਾਸੀ ਤੂੰ ਚਾਚੀ ਹੋ ਗਈ ਤੁਹਾਡੀ ਚਾਚੀ ਨਹੀਂ ਲੱਗਦੀ ਮੈਂ ਕੋ ਰਹਿਣੀ ਆ ਹੁਣ ਆਟਾ ਦਫ ਹੋ ਜਾ ਆਟਾ ਕੋਨ ਬਸ ਤਮੀ ਜੇਨੂ ਫੜਨੀ ਮੰਡੀ ਸ਼ੌਕਾ ਰਜ ਲੈ ਤੂੰ ਵੀ ਖੁਸ਼ ਹੋ ਗਈ सही आना है तू तो सही आना है आज टाइम आते चाचे ने या तेरी बिस्ती कर ले ए कौन दी तेरी बिस्ती करना मैंने वादी पे आपे गोल ला मैं थुनो कुछ दाके तू भी तो मोर लायक अंदर वड़िया रहना है हर वेले तू ही लायक अंदर पे है अच्छा खड़ी चा जी हां मैं तो अंदर नेड़े ना लगा खैर अच्छा खड़ी चा सारी सच्ची ना करा मैं थू मैंने वादी जने शादी जो होई है ते मैं तो दूर दूर क्यों बुलांदे हो मैं के पता नहीं की रोला मेरा रूह नहीं करता मैं तो मट्टी जोन गल किसका सट्टी के मैं का टाइम लेंदो अंदर लेके आया बाला अपने का ते साडी नसल वद बाकी आ प्यार शारा दी मेरे नाल ना गल्ला करी ते ना मैं दिल लावे ते सही कि तो ही बने आई होई है तो ही सो सिर ते चाली मैं ना मुकाला तखीर ते मैं गरीब ते आवना मैं गरीब ते आवना मैं तो चला मैं के पूछे के चाचे है मासी है के मैं दसो रात चिरके ताई बाहर बैठा रहा अंदर आंदा ते आके साए वेंदा मैं नहीं भैया आके मखत मैं ओदी पारे दार ओदी मर्जी छोर चितोर दीदे वदा रवे बाहर आके नहीं बाहर तो आडे कोल हसता बैठा पीड़ा उठी पई मैं तो पहले आख्या अपनी मासी दी कदर करनी है तो ठीक है इस घर तरीका ही नहीं औकात ही नहीं अपने घर वग गया मैं तो मां प्यो दा नाम ही ना लिया मैं तेरा नाम लिया ना मां प्यो दा क्या लेना आई मैं पर ना के आंदा तैनू हां इसे वास्ते कि इत्थे मेरी अखी दे सामने मेरा चन्न और रस है उत्थे मैं जान दी कशन कोई गल है अखे धीया पोतरो वडेरे ते दुख गए परेड़े मोड़ की होया है तो जुमा पाड़ लिया ओ पाड़ के आया बैठा ते काजा खावण दी कोई नहीं मेरे ते भूख तो बलाड़ घटिया हां बड़े ही परनाम दिया अम्मू
ਬਸ ਸੁੱਖ ਵੇਖ ਸਾਂ ਉਹ ਅਗਲੀ ਪਿਆਦੀ ਆ ਮੈਂ ਤੇਰੀ ਨੌਕਰ ਤੱਕ ਆਈ ਨਹੀਂ ਆਪੇ ਗੁਣ ਪਕਾ ਲਿਆ ਕਰ ਉਹ ਭਈਆਂ ਜੀ ਜੀ ਆ ਉਹ ਕੌਣ ਹੁੰਦੀ ਆ ਤੈਨ ਆਖਣ ਵਾਲੀ ਹਾਂ ਇਹ ਮੈਂ ਬੜੇ ਪਰਨਾ ਕੇ ਦਿੱਤੀ ਆ ਪੁੱਤਰ ਨੂੰ ਤੇਰੇ ਨੂੰ ਤੇ ਆਖਿਆ ਬਾ ਚਲੋ ਇਹ ਸਾਡਾ ਹੀ ਬੁਢਾਪੇ ਦਾ ਸਹਾਰਾ ਬਣ ਜਾਸ ਜੇ ਅਗਰ ਤੋ ਸਹਾਰਾ ਮੇਰਾ ਨਹੀਂ ਨਾ ਬਣਨਾ ਤੇ ਮੋੜ ਮੈਨੂੰ ਫਾਇਦਾ ਹੀ ਕੋਈ ਨਹੀਂ ਹਾਂ ਤੇ ਅੱਛਾ ਹੋ ਸਕਦਾ ਹੈ ਮੈਂ ਤੁਹਾਡੇ ਖਿਲਾਫ ਇੰਜਾਮਾਂ ਦੇਵਾਂ ਮੇਰੀ ਅੱਜ ਆਈ ਸਵੇਰ ਤਬੀਅਤ ਖਰਾਬ ਜ਼ੁਕਾਮ ਲੱਗਾ ਪਿਆ ਤਾਂ ਸਿਰ ਨੂੰ ਪੀ ਲਾਏ ਮੈਂ ਕਿਹਾ ਛੋਰੇ ਆਟੇ ਦੀ ਲੱਤ ਚਾਹੋ ਦਵਾਈਆਂ ਕਿਉਂ ਨਹੀਂ ਲਈਆਂ ਚਾਚੀ ਤੁਸੀਂ ਲਈਆਂ ਦਵਾਈਆਂ ਵੀ ਲਈਆਂ ਕੋਈ ਨਹੀਂ ਫਰਕ ਪਿਆ ਆਓ ਮੈਂ ਤਾਂ ਮੁੱਠੀਆਂ ਭਰਾਂ ਨਹੀਂ ਕਾਈ ਨਹੀਂ ਲੋੜ ਮੈਂ ਛੋਰਾ ਅਛੋਰਾ ਓਏ ਇਹ ਮੈਂ ਮੁੱਠੀਆਂ ਭਰ ਲਈ ਤਾਂ ਤੁਸੀਂ ਕੋ ਗੁੰਨਣ ਪਕਾਵਣ ਦਾ ਕਰੋ ਚਾ ਹੁਣ ਉਸ ਨੂੰ ਮੈਂ ਛੁਰੀ ਆਖੀ ਘੰਟਾ ਹੋ ਗਿਆ ਉਸ ਉਹ ਨਹੀਂ ਹੁੰਦਾ ਛੁਰੀ ਲੈ ਆਰਾ ਮੈਂ ਜਾਣਾ ਛੁਰੀ ਤਮਾਸ਼ਾ ਬਣਾਇਆ ਸਰਨਵੀ ਚੰਗੀ ਭਲੀ ਚਾਚੀ ਹੁਣ ਤੂੰ ਘਰ ਦੇ ਕੰਮ ਛੱਡ ਦੇ ਹੁਣ ਮੇਰੀ ਬੀਵੀ ਆ ਗਈ ਸਾਰੇ ਕਰੇ ਸੀਗੇ ਹਾਂ ਕੀਤੀ ਖਲੀਏ ਸੱਕੀ ਬਣੇ ਹੀ ਲਈਆ ਬਸ ਚਲੋ ਇਹ ਜੋ ਹੈ ਦੂਏ ਦਾ ਮਲੰਗੀ ਦਾ ਪਤਰੀਆ ਤੇ ਸਾਂ ਕੋਲ ਰਾਂਦਾ ਪਿਆ ਚਲੋ ਮੇਰੀ ਬਣੇ ਹੀ ਆ ਗਈ ਤਾਂ ਮੈਨੂੰ ਸੁੱਖ ਬਣ ਜਾਸੇਨ ਉਹ ਅਗਲੀ ਸੇ ਕੇ ਲਿੱਤਰ ਮੇਰੇ ਮੂੰਹ ਤੇ ਪਈ ਮਰੇ ਨਾ ਨਹੀਂ ਇਹ ਸਮੇਂ ਮੈਂ ਮੇਰੇ ਆ ਸਮੇਂ ਮੈਂ ਫਿਰ ਸੋਟ ਵਿੱਚ ਆ ਮੈਂ ਬੈਠਾ ਬੇੜੀ ਬੋਰਡ ਸੋਟਾ ਚਾ ਦੇ ਚਾਚਾ ਫਲਾਣਾ ਮੈਂ ਤੇ ਚਮ ਲਾ ਦੇਣਾ ਚੁੱਪ ਕੀਤੀ ਤੂੰ ਹੁੰਦੀ ਕੋਣੀ ਗੱਲ ਕਰਨ ਵਾਲੀ ਇਹਨੂੰ ਇਹ ਨਹੀਂ ਨਾ ਪਤਾ ਕਿ ਤੈਨੂੰ ਅਸਾਂ ਕਿਵੇਂ ਚੱਪੇ ਕੱਚ ਕੱਚ ਕੇ ਸਾਂਭਿਆ ਸਾਂਭਿਆ ਤੇ ਕਿਹੜਾ ਤੇਰੇ ਨਾਲ ਸਾਨੂੰ ਪਿਆਰ ਹੈ ਦੇਸੀ ਅਦੇਸੀ ਘਿਓ ਕੀ ਮੈਂ ਤਾਂ ਭਾਈ ਜੱਟ ਹੀ ਨਹੀਂ ਪੰਦਾ ਇਸ ਤੂੰ ਵੇਖਾਂ ਨਾ ਤਾਂ ਅਦੇਸੀ ਘਿਓ ਕੀ ਨਹੀਂ ਉਹ ਪਕਾ ਲਈ ਸੀ ਮੈਂ ਉਸੇ ਰਾਤ ਦਾ ਖਾਣਾ ਤੇਰੇ ਹੱਥ ਦਾ ਕੋਈ ਨਹੀਂ ਵਖਾਵਣਾ ਕਿਉਂ ਨਹੀਂ ਅਸੀਂ ਤੇਰੇ ਸਾਰੇ ਸਾਂਗੇ ਆ ਕਮਲਾ ਹੋ ਗਿਆ ਕਿਸੇ ਦੇ ਭੌਕਣ ਨਾਲ ਜਾਂ ਕਿਸੇ ਦੇ ਗੱਲਾਂ ਕਰਨ ਨਾਲ ਤੋਂ ਕੋਈ ਹੁਣ ਇਥੋਂ ਨਿਕਲ ਨਾ ਵੈਣਾ ਕੋ ਮੈਂ ਖੜਣਾ ਜੀ ਆ ਅਸਾਂ ਤੇ ਇਸੇ ਵਾਸਤੇ ਆ ਪਰਨਾ ਕੇ ਤੇ ਥਾਈ ਆਂਦਾ ਸਾਡਾ ਕੌਣ ਹੈ ਵਾਰਿਸ ਮਲੰਗ ਕੋ ਵਾਰਿਸ ਹੈ ਹਾਂ ਉਹ ਕਰਮ ਵਾਲਾ ਸਾਰੇ ਜਗਾ ਕੋਈ ਮੇਰੇ ਸਿਰ ਤੇ ਚੜ ਕੇ ਖਲੋਤੀ ਏ ਬਾ ਕੋਈ ਟੋਕਰੀ ਦੇ ਚਾ ਜਾਂ ਕੋਈ ਮੈਂ ਇਹਦੇ ਕਰ ਲਵਾਂ ਕੋਈ ਨਹੀਂ ਅਛੇਰ ਨੂੰ ਅਕਲ ਸ਼ਕਲ ਅਕਲ ਮਿਆਂ ਦਾ ਫਿੱਟਾ ਜਿਹੜੀ ਇਹਨੂੰ ਪਰਨਾ ਕੇ ਲਈ ਅਕਲ ਦੇ ਵਿੱਚ ਘਟਣਾ ਹੋ ਤੂੰ ਬੰਨਿਆ ਬਣੇ ਹੀ ਲੈਣੀ ਹੈ ਬਣੇ ਹੀ ਲੈ ਉਹ ਮੈਂ ਤੇਰੇ ਇਸੇ ਤੂੰ ਗੱਲਾਂ ਤੂੰ ਕਾਬਿਲ ਲੱਗਦੀ ਉਹ ਮੈਂ ਬਹੁਤ ਤੋਂ ਇੱਥੋਂ ਦਾ ਲਈ ਲਾ ਬਣੇ ਹੀ ਲੈਣੀ ਹੈ ਬਣੇ ਹੀ ਮੈਂ ਕਰ ਲਵਾਂ ਮੂੰ ਪੋਤਰ ਦੀ ਸਾਡੀ ਚਾਚੀ ਤੁਸੀਂ ਵੀ ਨਾ ਮਾਸੀ ਲੋ ਤੇ ਹਾਂ ਲੜਦੇ ਰਹਿੰਦੇ ਹੋ ਔਰ ਮੇਰੇ ਘਰ ਮਲੰਗੀ ਪਤਾ ਕਰੇ ਆ ਚਾ ਤੰਦੂਰ ਤੱਤੋ ਆ ਤਾਂ ਮਨ ਉੱਥੋਂ ਲਵਾ ਲਵੀਆ ਜਾਂ ਮੋਲ ਦੋ ਫੁਲਕੇ ਫਾਦ ਲਵੀਆ ਉਹ ਤਾਂ ਹੁਣ ਉਸ ਤੋਂ ਬਾਅਦ ਸ਼ਹਿਜ਼ਾਦੀ ਕੋਲ ਆਟਾ ਹੀ ਨਹੀਂ ਗੁੰਦਾ ਨਹੀਂ ਮੈਂ ਉਤਰੀ ਬੋਤਰੀ ਕੀ ਕਰਾਂ ਰਾਜ ਦੇ ਕੁੰਨੀ ਪਕਾ ਮੈਂ ਇੱਥੇ ਬੈਠੀ ਆ ਉੱਤੇ ਜਾਂ ਤੂੰ ਤੰਦੂਰ ਦਾ ਪਤਾ ਕੀਤੀ ਆ ਕਰੇ ਮਨਾ ਤੰਦੂਰ ਦਾ ਪਤਾ ਹਾਂ ਅਖੀਰੀ ਮੈਂ ਮਰਨਾ ਹੈ ਭੁੱਖ ਤੇ ਇੱਥੇ ਹੁਣ ਮਰਨਾ ਹੈ ਅੱਗੇ ਨਾ ਸਮਾਣੀ ਦੇ ਉਹਦੇ ਤਾਂ ਮੈਂ ਮੋਇਆ ਨਹੀਂ ਨਾ ਹੁਣ ਉਹ ਛੋਦੀ ਤਕਲੀਫ ਨਾ ਲੋਵੇ ਤੇ ਤੂੰ ਤਨ ਬਿਮਾਰੀ ਆ ਕਾਈ ਚਾਚਾ ਮੈਂ ਕਰ ਲੈਣੀ ਤਾਂ ਪੁੱਤਰ ਮੇਰਾ ਤਾਂ ਮੂੰਹ ਲੱਥਾ ਬੈਠਾ ਭੁੱਖ ਤੂੰ ਇਸ ਟਾਈਮ ਤੱਕ ਕਦੀ ਉਸ ਬਰਦਾਸ਼ਤ ਕੀਤਾ ਹੈ ਤੂੰ ਵੇਖ ਲੋ ਦੀ ਹਾਲਾਤ ਹੋਈ ਹਾਲਾਤ ਹੋ ਦੀ ਵੇਖ ਹੁਣ ਵੇਖ ਮਾਂ ਪੁੱਤਰ ਬੈਠੇ ਚੋਚ ਵਿੱਚ ਖੇਡਦੇ ਚਾਚਾ ਤੂੰ ਜਾ ਕੇ ਜੂਸ ਪੀਤੀ ਆ ਅੱਜ ਤੱਕ ਮੈਂ ਸਭ ਤੱਕ ਬਰਦਾਸ਼ਤ ਨਾ ਕੀਤਾ ਤੇ ਜੂਸ ਪੀਤੀ ਆ ਜਾ ਕੇ ਕਿਉਂ ਇਹ ਤੂੰ ਠੀਕ ਹੈ ਮੈਂ ਕਿਉਂ ਜਾਵਾਂ ਡਰਾਮੇ ਹੱਥ ਜਿਹੜੇ ਹਨ ਇਹਨਾਂ 'ਤੇ ਕੀ ਲੈਂਦੇ ਹੋ
अगलिया खुश है चन्ना वर्गा छोर लग गया है दुख होया मिलो को रुला छड़िया पिछू प्यो ही इन्हें नील काला ते फुफिया ही मुड़ू ना आते ही जावना इन्हें छोरे सलमा जे तिली करीम दी अपने मुंह ते थोड़ी धी ते भी लेंदी शादी जो हुई चलो खैर तू कौन मेरा ख्याल रखने वाली इस घर मेरा ख्याल रख सकते छोरे मैं आप रख सकता अस दो समाणी मरो तो अपने पुत्र का ख्याल रख सकते हैं अस चगा ला अस ले ले पिछे पई हो पिछे पे छोर छितोर जिदे आवे जावे तेन कोई मसला है तो मौसी मैं परा उठ जाओ तेरे हाथ तो उन्नी कोई नहीं खावना उठ जा परा लग जाओ दे उतला काम इस तो कराया कर तो खांदा ही नहीं है दे हाथ दा जेड़ा सुथरा काम करें दी है तौबा मेरे अल्लाह तौबा ये हुण पता नहीं ये की पकना तो कदन पकना तो साडे नाल की होवना आज तो पता नहीं आटा काट के लाया ते पानी उरा लाया मैं थाई आप पा के गोन लेनी आ तेरी चूड़ियां ते तेरी मेहंदी ना खराब हो जावे तो क्या करना है तू भी ध्यान नाल कीता कर मान नु प्यारी है ते मैं तो काय नु प्यारी मैं की करा तैनू तो पता जिवें असा उनू पालया जिवें उसनु लाडा ना रखया मेरे दिल नु तकलीफ होंदी जे तू काम करे सरी काय नी मान नु प्यारी ओ रंग काला हुंदी मान तो नु रखियो है लित्तर ते लित्तर ते ओ अदा बौक दी ते बौक के पई जिथे मन चाची ते चाचा उथे कोई भी कोई नी समझ आई तेरा रंग कालो हो जसे मैं तो उजड़ न गई हूं मोर तू काला कोई नु है मैं की दुकान ले आऊं नहीं तू देख आती आता केडियां खड़ा करे कोई नहीं वदा हुन मैं बह सकना तेरे को मैं बड़ा बंदा मैंने पता है बाल बैठो ते मोर तेरे ना गल मैं नहीं करेंदा ते तू में की बार बार वेदा बैठा जो छुअर कोल बैठा वो आक्सी में ते शक करेंदा चाचा यो जी चबला ना मारे कमली मैंने पता नहीं मेरा पुत्र हां ये ना जेने च रखी कदी मैं चगाला हां यो की पकाओ की मैं तो पकाईंदी पई आ दो हैन बताऊं ते दो प्याज मखा जरी को सोड़ सटे ने हुन वेख पानी दा कोट नहीं दे मैं की करा इस छोए ओयो आंदी ना पई ओन शौक है ओ जड़े बीच गति मेरी गल एक याद आज रख ला आज लगे कल लगे इस छोए नु डंडा लगने ते से निकल लई हना ए जेड़ी कार कीती खलोती ने गुजारा कोई नहीं होवना नहीं तो ओ छोरा दा पिया हाय पानी उरा दे चा मैनू मैं माटा कटिया ओ छोरा दा पिया तो मैनो पका दियो दुए ओ की थदे ने ओ रोटी दे बेचो की लाइन दे प्याज ते ओ तांदला हां आदा तो पिया ही मैं मुड़ी ने करेनिया ओ कर आए अल्लाह मेरी गल सुन जेड़े ने बताऊ हां ए इनन पसंद कोई ना रान दे ओ 2 किलो गोशत दा फदिया ते नाल आजकल बहुत सोनी लवी लवी अरबी निकली वदी है ओ लईया आज गोशत आलू पकाईने आजा जा तो ओ रोटी को नहीं पकावनी ओ दे वास्ते ओ भी पकाईनी आ चलो मैं हुए क्यों गो मैं मान दे दम दा नौकरा तुम बिजू तो तेन पता है मैं जिवें तेरे नाल हां हां ओ थी वास्ते लई आ पता तई उन पसंद बहु मैं लाया बहु शौक दा खांदा है अग्गा दुख दी पीड़ उठी भी दुख दी पीड़ उठी भी ओरा मेरे कोल चढ़ के बहाना है तेरी जड़ कड्डा शाला इतने एक जोगा होवें आ तो मुड़ केड़ी गल आ बस हर गल दी मुसीबत औरत नूं ही हुंदी है ना बाहर तुर पवे औरत तां गलत जे घर किसी ते दिल आ गया तां गलत मर्दां नूं नहीं पता भी असीं की आ मासी आटा ए थोड़ा ना ओसी आ पिछू पेकियां दा भी कढ के लाया ते ओ भी गोन ला त्राए बंदे आ ते कितनी आटे तवण गुद्दी खलोती है थोड़ा कर लेनी है मासी थोड़ा कर लेनी है
ਕਿ ਪੇਕੇ ਆਉਂਦੇ ਪੈ ਨਹੀਂ ਅੱਜ ਇਤਨਾ ਗੁਨਾਹ ਲਏ ਨਹੀਂ ਤਾਂ ਪਰ ਗੁਨੇਂਦੀ ਪਈ ਮੈਂ ਕਿ ਸ਼ਾਮ ਨੂੰ ਹੀ ਕੰਮ ਹਾਂ ਤੇਰੀ ਤਾਂ ਮੁੜ ਮਹਿੰਦੀ ਲਾਣੀ ਸ਼ਾਮ ਨੂੰ ਪਤਾ ਨਹੀਂ ਕਿਹੜੇ ਪਾਸੇ ਨਿਕਲਵਾਈਂਦੇ ਨੇ ਪਿਓ ਦੀ ਅੰਮੀ ਹਾਂ ਕਿਹਦੇ ਗਈਆਂ ਹੈ ਮੈਂ ਬਾਹਰ ਇੱਕ ਛੇੜ ਨਾਲ ਲੜਦੀ ਪਈ ਹਾਂ ਮੂੰ ਮੈਨੂੰ ਆਪੀ ਦੀ ਵੀ ਯਾਦ ਆ ਗਈ ਬਈ ਮੈਂ ਵੀ ਆਪੀ ਨਾਲ ਲੜਦੀ ਹੁੰਦੀ ਹਾਂ ਮੂੰ ਅਤੇ ਆਪੀ ਦੀ ਮੈਨੂੰ ਬਹੁਤ ਯਾਦ ਆਉਂਦੀ ਪਈ ਚਲੀ ਆਪੀ ਅੱਜ ਬਸ ਹੋਰ ਕੋਈ ਕੰਮ ਹੈ ਅੰਮੀ ਹੁਣ ਨਾ ਨਾ ਕਰੀ ਚੱਲ ਉੱਠੀ ਚਲੀਏ ਹਾਲਾ ਪਿਓ ਨੂੰ ਤਾਂ ਆਵਣ ਦੇ ਤਾਂ ਜਾਣੀ ਆਏ ਠੀਕ ਹੈ ਮਾਰ ਤਾਲੇ ਨਵੀਂ ਮੁਸੀਬਤ ਗੱਤੀ ਖਲੋਤੀ ਆਰਾਮ ਹੈ ਨਾ ਗੱਲ ਸੁਣੇ ਨਾ ਅੱਜ ਦੇ ਆ ਹਾਂ ਖੈਰ ਏ ਭਾਈ ਆਈ ਸਲਮਾ ਦੀ ਵਾਸਤੇ ਬਹੁਤ ਦਿਲ ਕਰਿੰਦਾ ਵੀ ਆਈ ਤੇ ਨਾਲੇ ਮੈਂ ਕਿ ਮੂਜੀ ਖਲੋਤੀ ਆਉਂਦੀ ਆਪੀ ਦੇਰ ਚਲੀਏ ਮਿਲਣ ਜਾਊ ਹੈਂ ਮਿਲਣ ਜਾਊ ਹਾਂ ਉਹਨੂੰ ਵੀ ਆਖਿਆ ਦੋ ਦਿਨ ਸਾਡੇ ਕੋਲ ਆ ਕੇ ਰਹਿ ਜਾਵੇ ਯਾਰੀ ਕੰਡ ਕਰ ਕੇ ਬੋਲੀ ਗਈ ਪਤਾ ਕੀ ਗੱਲ ਹੈ ਜਦੋਂ ਦੀਆਂ ਪਰ ਨਾ ਕੇ ਦੇ ਛੁੜੀ ਮਿਲਣ ਨਾ ਤੇ ਦੀਆਂ ਦੇ ਪਿੱਛੂ ਰਾਹ ਗੱਤੀ ਰੱਖੋ ਦੀਆਂ ਕਦੀ ਨਹੀਂ ਵਸਦੀਆਂ ਖਾਲੀ ਹੱਥ ਨਾ ਜਵਿਆ ਨਹੀਂ ਮੈਂ ਮੁੜ ਸੀ ਮਾਲ ਦੀ ਗਲੇ ਰਾਨਾ ਗਾਰ ਵੀ ਲੁਗਾ ਛੱਡ ਕੇ ਮੁੜ ਵਗ ਜਾਵੀ ਮਗਰੋਂ ਸਾਵਧਾਨ ਹੋ ਜਾ ਸੀ ਅੱਛਾ ਤੇ ਉਹ ਪੈਸੇ ਲਾਏ ਆਉਂਦੇ ਨੀ ਕੁਬਾਰਾਂ ਨੇ ਤੁਹਾਨੂੰ ਪੈਸੇ ਮੈਂ ਲਿਆਂਦਿਆ ਉਹਨਾਂ ਕੋਲੋਂ ਅਤੇ ਲੇਕਿਨ ਉਹ ਮੈਂ ਦੇ ਛੱਡੇ ਹੋਰ ਕੰਮ ਵੰਡਾ ਮੁੰਡਾ ਲਿਆਂਦਾ ਮੱਝੀ ਖਾਣ ਅਤੇ ਦੁਕਾਨ ਤੋਂ ਲੈ ਲਵੇ ਸਮਾਨ ਕੋਈ ਮਸਲਾ ਹੀ ਨਹੀਂ ਦੇ ਛੱਡ ਸੀ ਅਗਲਾ ਮੈਂ ਸਾਰੇ ਬਿੱਲ ਦੇ ਛੱਡਿਆ ਅੱਛਾ ਚਲੋ ਮੈਂ ਬਈ ਨਹੀਂ ਆਵਾਂ ਘਰ ਦਾ ਖਿਆਲ ਰੱਖੀ ਜੋ ਸਾਨੂੰ ਦੇਰ ਹੋ ਜਾਂਦੀ ਤਾਂ ਮੈਂ ਰਾਤ ਰਾਹ ਪਹੁੰਚਾਂ ਉੱਥੇ ਚਲੋ ਖੈਰ ਦੁਆ ਸਲਾਮ ਦੇਵੀ ਅੱਛਾ ਅਤੇ ਗੱਲ ਸੁਣੋ ਆਵੇਂ ਲੱਗਿਆ ਮੋਟੇ ਕਸ਼ ਫਦਾ ਹੀ ਆ ਅੱਛਾ ਚਲੋ ਚੰਗਾ ਹੁੰਦਾ ਦੀਆਂ ਦੁਆ ਦੇਣੀ ਚਲੋ ਠੀਕ ਠੀਕ ਹੈ ਚੰਗਾ ਚੱਲ ਸ਼ਗਾ ਕੇ ਸਲਮਾ ਦੀ ਸਲਮਾ ਓਕੇ ਸਲਮਾ ਕੀ ਹੋਇਆ ਜੀ ਅੰਮੀ ਕੀ ਹਾਲ ਹੈ ਠੀਕ ਹੈ ਠੀਕ ਠਾਕ ਕੰਮ ਤੂੰ ਤਾਂ ਭੁੱਲ ਗਈ ਹੈ ਤੂੰ ਆਈ ਨਹੀਂ ਹੂੰ ਕੀ ਕਰਾਂ ਘਰ ਦੇ ਕੰਮ ਚ ਬਿਜ਼ੀ ਹੋਣੀ ਹੈ ਠੀਕ ਹੈ ਮੈਂ ਸਰ ਹਾਂ ਠੀਕ ਤੇ ਕਿਧਰ ਗਈ ਹੈ ਮਾਸੀ ਮਾਸੀ ਪਤਾ ਨਹੀਂ ਦਾਈ ਬਾਹਰ ਨਿਕਲੀ ਆਏ ਅੱਛਾ ਚੱਲ ਕੀ ਹੋਇਆ ਜੀ ਪਤਾ ਨਹੀਂ ਅੰਮੀ ਅੱਜ ਉਲਟੀਆਂ ਜਿਹੀਆਂ ਲੱਗੀਆਂ ਖਲੋ ਅੱਛਾ ਚੱਲ ਹੁਣੇ ਮੇਰੀ ਝੋਲੀ ਸੁੱਤਿਆਂ ਪੈ ਤੈਨੂੰ ਢੇਰ ਸੁੱਖ ਹੁੰਦਾ ਹੋਰ ਕੀ ਸਾਰਾ ਸੁੱਤਿਆਂ ਨੇ ਇੱਥੇ ਅੱਛਾ ਜੀ ਮਾਨੀ ਆ ਗਿਆ ਭੈਣ ਹਾਂ ਕੀ ਹਾਲ ਹੈ ਮਾਨੂ ਠੀਕ ਹੈ ਲੰਮਾ ਪਿਆ ਰਹਾ ਉਹ ਤੇਰੀ ਜੋ ਤਬੀਅਤ ਠੀਕ ਨਹੀਂ ਲੰਮਾ ਪਿਆ ਰਹਾ ਉਹ ਨਹੀਂ ਅਸਲਾਮ ਅਲੈਕੁਮ ਕੀ ਹਾਲ ਹੈ ਮੇਰੀ ਭੈਣ ਠੀਕ ਹੈ ਤਬੀਅਤ ਸਿਆ ਠੀਕ ਹੈ ਠੀਕ ਠਾਕ ਤੂੰ ਆਪਣਾ ਹਾਲ ਸੁਣਾ ਸ਼ੁਕਰ ਹੈ ਅੱਲਾ ਦਾ ਠੀਕ ਠਾਕ ਬਾਓ ਆ ਐਸਾ ਹੁਣ ਆਈ ਆ ਤੇ ਬਾਹਰ ਉਲਟੀਆਂ ਕਰੇਂਦੀ ਖਲੋਤੀ ਆਈ ਕੌਣ ਉਲਟੀਆਂ ਕਰੇਂਦੀ ਬਿਮਾਰ ਹੋ ਗਈ ਉਸੇ ਆਏ ਹੁਣ ਤਾਂ ਖਾਦਾ ਪਕਾਇਆ ਤੇ ਰਾਜ ਕੇ ਉਮਰ ਤੈਨੂੰ ਪਤਾ ਹੈ ਖਾਂਦੀ ਹੋਏ ਬੇਧੜ ਥਾ ਉਦੋਂ ਵੇਖ ਹੁਣ ਹੱਸਦੀ ਖਲੋਤੀ ਬਾਓ ਇਦੇ ਤੂੰ ਤੂੰ ਕਿਉਂ ਗਾਬਰੀ ਖਲੋਤੀ ਹੈ ਲੱਸੀ ਪੀਤੀ ਸਤੇ ਨਾਲ ਟੁੱਕਰ ਖਾ ਤੇ ਪਤਾ ਨਹੀਂ ਕੀ ਜਲ ਜਾਣ ਦਾ ਸਤੇ ਖਾ ਲੈਂਦੀ ਹੈ ਮੈਨੂੰ ਲੱਗਦਾ ਮੈਂ ਲੂਣ ਚਟੇ ਆਈ ਤਾਂ ਪਰ ਆਉਂਦੀ ਪਈ ਉਸੇ ਐ ਇਲਾ ਨੇ ਕਦੀ ਖੰਡ ਖਾਂਦੀ ਹੈ ਕਦੀ ਚੂਰਨ ਖਾਂਦੀ ਹੈ ਕਦੀ ਪਤਾ ਨਹੀਂ ਇਹ ਕੀ ਕਰੇਂਦੀ ਮੇਰੀ ਤੇ ਹਾਵੇ ਸਮਾਨੀ ਦਾ ਖਿਆਲ ਰੱਖਿਆ ਕਰ ਇਹ ਉਲਟੀਆਂ ਇਤਨੇ 4-5 ਦਿਨ ਤੋਂ ਹੈ ਚਾਰ ਪੰਜ ਦਿਨ ਤੋਂ ਬਾਅਦ ਕਿਉਂ ਮੈਨੂੰ ਤਾਂ ਲੱਗਦਾ ਮੈਂ ਨਾਨੀ ਬਣਨ ਵਾਲੀ ਹਾਂ ਨਹੀਂ ਇਹ ਕਿਵੇਂ ਹੋ ਸਕਦਾ ਮੇਰਾ ਦਿਲ ਮੰਨਦਾ ਅੱਛਾ ਮਾਸ਼ਾਅੱਲਾ ਇਹ ਤਾਂ ਬੜੀ ਖੁਸ਼ੀ ਵਾਲੀ ਖਬਰ ਹੈ ਉਲਟਾ ਤੇ ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਬਾਅਦ ਮੈਂ ਆਪਣੀ ਧੀ ਨੂੰ ਲੈ ਵੰਨਾ ਘਰ ਲੈ ਜਾਓ ਪੱਕਾ ਪੱਕਾ ਲੈ ਜਾਓ ਮੇਰੇ ਹਸਾਂ ਲੈ ਜਾਓ ਹਾਂ ਵੇ ਛੋਰਾ ਕੀ ਹੋ ਜੀ ਗੱਲ ਕਰਨ ਤੇ ਖੈਰ ਤਾਂ ਹੈ ਹੋਰ ਕੀ ਹੈ ਆਏ ਦਾ ਦੇ ਹੋਏ ਨਹੀਂ ਸੁਬੈਂ ਲੈ ਜਾਓ ਤੇ ਲੈ ਜਾਓ ਅਗਲੀ ਵਾਰ ਤਾਂ ਕਰੂ ਉਹ ਕੀ ਆਈਏ ਹਾਂ ਨਹੀਂ ਮੈਂ ਮੇਰੀ ਭੈਣ ਹੋਂ ਜਾ ਕੋ ਦੇ ਵਸਾਮਣੀ ਓਹੋ ਕੀ ਕਰੇਂਦਾ ਬੈਠਾ ਹੈ ਉਸ ਦੇ ਨਾਲ ਗੱਲ ਕਰੀ ਕਿਉਂ ਉਸ ਦੇ ਨਾਲ ਗੱਲ ਕਰਾਂ ਇਹਨਾਂ ਸ਼ਰਮ ਨਹੀਂ ਆਉਂਦੀ ਤੇ ਕਿਉਂ ਤੈਨੂੰ ਕੋਈ ਸ਼ੱਕ ਕੇ ਬੇ ਬਾਲ ਤੇਰਾ ਨਹੀਂ ਇਹ ਅੱਜ ਕੱਲ ਦੇ ਜਵਾਈ ਕੀ ਹੋ ਜੇ ਬਾਹਰ ਹੋ ਸਕਦਾ ਇਹ ਕੀ ਮੈਂ ਸੁਣਦੀ ਪਈ ਸਲਮਾ ਨਹੀਂ ਮਾਸੀ
ਚੰਗੀ ਤੋਂ ਮਾਸੀ ਦੇ ਬੱਗੇ ਨੂੰ ਕਲਾ ਫਲਾਈ ਬਸ ਖਾਣਾ ਮੇਰੀ ਭੈਣ ਬਸ ਕਰ ਮਾਸੀ ਮਾਨ ਦਾ ਬਾਲ ਹੈ ਬਸ ਕਰ ਮੇਰੇ ਪਰ ਦਫਾ ਮਾਨ ਦਾ ਬਾਲ ਮਾਨ ਦਾ ਹਾਲ ਲੈ ਆ ਐਡੀ ਇੱਕ ਮੈਂ ਪਰਨਾ ਕੇ ਆਂਦਿਆ ਤਾਂ ਤੋਂ ਮੇਰੇ ਬੱਗੇ ਨੂੰ ਕਲਾ ਫਲਾ ਛੱਡੀ ਮੈਂ ਤਾਂ ਮਾਸੀ ਨਹੀਂ ਆਰਾਮ ਦਾ ਬਾਲ ਮਾਨ ਦਾ ਮੇਰੀ ਭੈਣ ਗੱਲ ਸੁਣ ਤੋਂ ਪਿੱਛੂ ਭੈਣ ਨੂੰ ਵੀ ਨਾ ਕੰਮਾਂ ਤੇ ਲਾਉਣਾ ਹੈ ਨਾ ਆ ਭੈਣ ਨੂੰ ਵੀ ਤਾਂ ਖਰਲਾਂ ਦੇ ਘਰ ਵਾਲੀ ਰੱਖੀ ਮੇਰੀ ਭੈਣ ਬਸ ਕਰ ਮਾਸੀ ਆ ਵੇ ਮੇਰੇ ਬਾਲ ਤੇ ਜੀ ਸਾਹਮਣੇ ਆਏ ਗੱਲ ਲੱਗ ਜਾ ਰਾਮ ਦਾ ਬਾਲ ਮਾਨ ਦਾ ਬਾਲ ਹੋ ਗਿਆ ਵਾ ਮੈਨੂੰ ਕਵੀ ਆ ਪਤਾ ਹੈ ਮੇਰੀ ਭੈਣ ਤੂੰ ਚੰਗਾ ਨਹੀਂ ਕੀਤਾ ਮੈਂ ਕਿਹੜਾ ਚੰਗਾ ਨਹੀਂ ਕੀਤਾ ਬਖਤ ਮਰਦੀ ਪਈਆਂ ਤੇਰੀ ਧੀ ਨੂੰ ਪਰਨਾ ਕੇ ਲਾਇਆ ਆਂਦਾ ਮੈਂ ਕਿਹੜਾ ਚੰਗਾ ਨਹੀਂ ਕੀਤਾ ਇੱਥੇ ਰਾਜ ਦੇ ਕੇ ਮੇਰੀ ਧੀ ਤੇ ਇਹਸਾਨ ਕੀਤੀ ਖਲੋਤੀ ਆ ਤੂੰ ਕੋਰ ਬਦਨਾ ਗਈ ਕਰੇ ਵੀ ਵਾਰੀ ਮੇਰੇ ਮਰਦ ਮੈਂ ਨਾ ਦੱਸ ਖਰਲਾਂ ਦੇ ਘਰ ਵੜੀ ਹੋਈ ਹੋਈ ਖਰਲਾਂ ਦੇ ਘਰ ਗਏ ਜਾ ਲੈ ਜਾ ਨਹੀਂ ਲੈ ਜਾ ਕੇ ਲੈ ਜਾ ਚੱਲ ਲਈ ਬਾਈ ਨਹੀਂ ਆ ਚਲ ਬੈਠੀ ਨਹੀਂ ਸਾਰੇ ਦਿਨ ਜੋ ਤੇ ਰੁਕਾ ਵੀ ਆਜ ਸਹੀ ਆ ਪਿੱਛੋਂ ਇੱਕ ਨਿੱਕੀ ਜਾਈ ਦੀ ਜ਼ਬਾਨ ਅਬੇ ਤੂੰ ਤਾਂ ਮੈਨੂੰ ਆਣਾ ਮੈਂ ਉਹਦੀ ਗੱਲ ਕਦੀ ਨਹੀਂ ਸੁਣੀ ਤੇ ਮੁੜ ਬਾਲ ਬਣਾ ਲਈ ਹੈ ਮੈਨੂੰ ਵੀ ਦਾ ਮਾਰੀ ਵਦਾ ਠੀਕ ਹੈ ਹੁਣ ਜਾ ਤੂੰ ਵੀ ਉਸੇ ਦੇ ਨਾਲ ਮੇਰਾ ਵੀ ਕੋਈ ਸੰਗਾ ਨਹੀਂ ਤੇਰੇ ਨਾਲ ਅੱਲਾ ਉਹ ਕਿਹ ਵੇਲੇ ਬੰਦਾ ਸੋਹਣੀ ਬੰਦਾ ਗੱਲ ਸੋਹਣੀ ਬੰਦਾ ਤਾਂ ਮੇਰੇ ਨਾਲ ਡਰਾਮਾ ਕੀ ਤਰੇ ਕਿ ਮੈਨੂੰ ਪੈਣਾ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਮੈਂ ਤਾਂ ਮੂੰਹ ਮੱਥੇ ਕਦੀ ਨਹੀਂ ਲਾਇ ਮੂੰਹ ਮੱਥੇ ਮੈਂ ਮੋੜੀ ਕਾਇ ਨਾ ਲਾਇ ਅੱਛਾ ਨਾ ਉਹ ਮੱਖੀ ਆਈ ਉੜ ਕੇ ਬਹਿ ਗਈ ਉੜ ਕੇ ਬਹਿ ਗਈ ਹੁਣ ਜਨਾਨੀ ਮਰੋਦਾ ਹੈ ਮਣੋਂ ਕੱਟੋ ਵਿੰਦਾ ਤੇ ਤੇ ਬੜੂ ਸੇਲ ਜਾ ਹੁਣ ਅੱਜ ਤੋਂ ਬਾਅਦ ਮੈਨਾਂ ਗਾ ਤੇ ਹੁਣ ਭਾਗਨੇ ਕੀ ਮੈਂ ਵੀ ਸੇ ਤੁਰ ਸਾਈ ਤੂੰ ਵੀ ਵਾਂਜੂ ਸੇਲ ਹਾਂ ਮੈਂ ਤਾਂ ਬੜੂ ਨੂੰ ਚੰਗਾ ਲੱਗਦਾ ਪਿਆ ਅੱਛਾ ਬੜੇ ਬਾਲ ਬਣਾਉਣ ਦੀ ਸ਼ੌਕ ਹੈ ਤੇ ਬੜੇ ਜਲਦੀ ਜਲਦੀ ਬਣਾ ਲਏ ਤੇ ਸ਼ਾਦੀ ਕਿਉਂ ਕਰਾਈ ਸੇ ਤੂੰ ਕਰਾਈ ਵਿਚਾਰ ਬਾਲ ਹੋਸ ਨਹੀਂ ਗਏ ਆਪਣੇ ਚਾਰ ਬਾਲ ਹੋਸ ਨਹੀਂ ਗਏ ਹੋਸਲੇ ਤਾਂ ਬੜਾ ਪਿਆ ਦੀਆਂ ਹੋਸਲੇ ਤਾਂ ਬੜਾ ਆਦੀ ਪਈ ਹੈ ਮੈਂ ਸੁੱਤਦੇ ਤੇ ਮੇਰਾ ਅੱਖ ਨਹੀਂ ਰਿਹਾ ਮੇਰਾ ਨਹੀਂ ਰਿਹਾ ਕੋਈ ਨਹੀਂ ਰਿਹਾ ਤੇਰਾ ਜਾ ਮਮੀ ਹੁਣ ਕੋਈ ਹੋਰ ਢੂੜ ਲਈ ਮਾ ਲਿੱਤਾ ਨਾ ਮਾਰ ਸਾ ਤੇਰੇ ਮੂੰਹ ਤੇ ਲਿੱਤਾ ਨਾ ਮਾਰ ਸਾ ਤੇਰੇ ਮੂੰਹ ਤੇ ਕਿਉਂ ਆਪਣੇ ਵਾਰੀ ਪੀੜ ਹੁੰਦੀ ਏ ਹੁੰਦੀ ਏ ਮੈਨੂੰ ਪਿਆਦਾ ਮੈਂ ਤਾਂ ਕਦੀ ਚੰਗੀਆਂ ਨਹੀਂ ਜਾਤਾ ਮੇਰੀ ਤਾਂ ਗੱਲ ਹੀ ਕਾਇ ਨਹੀਂ ਮੈਂ ਤਾਂ ਸਾਰੀ ਜ਼ਿੰਦਗੀ ਮੈਨੂੰ ਪਿਆਦਾ ਇਹਨਾਂ ਪੰਜਵੇਂ ਦਿਨ ਦੀਆਂ ਉਲਟੀਆਂ ਤੈਨੂੰ ਸਾਰਾ ਪਤਾ ਬਣ ਬੱਚਾ ਹੋਇਆ ਮੈਂ ਤਾਂ ਦੇਖ ਕਰਦਾ ਚਾਚੇ ਨੂੰ ਟਪਾ ਕਰਤਾ ਠੋਕ ਨਿਗਾਹ ਕਰਨਾ ਤੇਰਾ ਤਮਾਸ਼ਾ ਲੱਗਾ ਖਲੋਤਾ ਹੈ ਭਾਈ ਹਾਂ ਤੋ ਹੀ ਖਲੋਤੀ ਹੈ ਖਰਲਾਂ ਦੇ ਘਰ ਕਢਾ ਕੇ ਆਈ ਖਲੋਤੀ ਗਈ ਹਨਾ ਆਈ ਖਲੀ ਗਈ ਉਹ ਆਦਾ ਮੇਰੀ ਗੱਲ ਬਾਤ ਕਾਈ ਨਹੀਂ ਉਹ ਪਿਆ ਦੀ ਆ ਮੈਂ ਤਬਾਹ ਲੈ ਅਖੇ ਹਾਂ ਮੈਂ ਤਾਂ ਸਿੱਧੇ ਮੂੰਹ ਦਿੱਤਾ ਕਦੀ ਸਵਾਣੀ ਸਲਾਮ ਹੀ ਨਾ ਦਾ ਅੰਦਾਜ਼ਾ ਕਿਸੇ ਪਾਸੇ ਦੇ ਟੁਰਨ ਦੇ ਰਹੇ ਹਾਂ ਉਹ ਅਗਲੇ ਨੱਕ ਚਾੜ ਕੇ ਮੈਂ ਕਦੀ ਉਹਨਾਂ ਨੂੰ ਕੱਦੀ ਤੇ ਜਾ ਕੇ ਦਿੱਤਾ ਸਲਾਮ ਕਦੀ ਨਾ ਅੱਜ ਉਹ ਮੈਨੂੰ ਕੀ ਆਖ ਸੀ ਹੈ ਇਸ ਛੇੜ ਸਾਡੀ ਆ ਕੇ ਤੇ ਨੱਕ ਬੋੜ ਸੱਟਿਆ ਅੱਜ ਤੋਂ ਬਾਅਦ ਉਹਦੇ ਟੱਪੀ ਨਾ ਪਿਆ ਸਵਾਲ ਹੀ ਨਹੀਂ ਮਰੇ ਤੇ ਜੀਵੇ ਤੇ ਭਾਵੇਂ ਸਿਰ ਖਸਮਾਂ ਨੂੰ ਖਾ ਹਾਂ ਕੋਈ ਲੋੜ ਨਹੀਂ ਤੈਨੂੰ ਤੇ ਲੋੜ ਹੀ ਕਾਹ ਨਹੀਂ ਮੈਂ ਤੇ ਥੇ ਚਾਚੇ ਦੇ ਘਰ ਦੇ ਵਿੱਚ ਖੁਸ਼ ਸਾਰੀ ਜ਼ਿੰਦਗੀ ਚਾਚੇ ਦੇ ਘਰ ਦੇ ਵਿੱਚ ਰਸਾ ਖੁਸ਼ ਰਸ ਚਾਚੀ ਦੇ ਨਾਲ ਰਸਾਂ ਤੇ ਖੁਸ਼ ਰਸ ਮਰ ਗਈ ਹੈ ਚਾਚੀ ਵੀ ਤੇਰੀ ਵਾਸਤੇ ਕੋਈ ਨੰਬਰ ਸੀ ਨਾ ਕਰ ਕਾਵੜ ਮੈਂ ਚੜੀ ਬੈਠੀ ਕਿਉਂ ਕੀਤਾ ਹੀ ਇਹਨੂੰ ਮਾਰ ਤੂੰ ਤਾਂ ਮੈਨੂੰ ਆਣਾ ਮੇਰਾ ਉਸ ਨਾਲ ਨਹੀਂ ਟਾਈਮ ਪਾਸ ਹੁੰਦਾ ਤੇ ਨਹੀਂ ਚੰਗੀ ਲੱਗਦੀ ਤੂੰ ਮਾਰ ਮਾਰ ਕਿਉਂ ਮਾਰਾਂ ਕੁੱਟੇ ਮਾਰ ਨਾ ਕਰੋ ਅੱਜ ਤੋਂ ਪਿੱਛੇ ਇਹਨੂੰ ਲਾਏ ਆਂਦੋ ਹੀ ਨਾ ਜਾਂ ਉਸ ਦੇ ਘਰ ਟੱਪੇ ਹੋ ਤਾਂ ਮੁੜ ਵੇਖੇ ਮੈਂ ਤੇਰਾ ਕੀ ਕਰਨ ਦੀ ਸਵਾਲ ਹੀ ਨਹੀਂ ਰਹੀ ਗੱਲ ਮੇਰੀ ਭੈਣ ਪੈ ਦੀ ਚੰਗਾ ਹੁਣ ਮੈਂ ਦੱਸੇ ਸਾ ਚੰਗਾ ਕਿਹਨੂੰ ਆਦੇ ਅੱਜ ਕੇ ਤਾਂ ਸਹੀ ਹੋਣ ਇੱਕ ਵਾਰੀ ਵਾਹ ਭਾਈ ਵਾਹ ਹੋਣਾ ਨਾ ਬਸ ਬਾਲ ਨਾ ਚਾਹੀਦਾ ਜਾਂ ਲੱਗ ਗਿਆ ਤੇਰਾ ਬਾਲ ਹੋਣਾ ਹੋ ਗਿਆ ਉਹ ਉਹ ਨਾ ਵਜੈਂਦੀ ਹੈ ਨਹੀਂ ਤੇ ਤੇਰਾ ਹੋ ਕੇ ਹੀ ਵਧਾ ਰਸ ਸੀ ਜਿਹੜਾ ਸਾ ਆਰਾਮਦਾ ਐਸ ਬੂਏ ਤੇ ਹੁਣ ਤੇਰੇ ਨਾਲ ਨਾ ਆ ਕੇ ਬਸ ਇਤਨਾ ਖਾਏ ਕੇ ਵਸਤੀ ਦੇ ਨਾ ਮੈਨੂੰ ਤੁਸੀਂ ਅੱਜ ਤੋਂ ਪਿੱਛੇ ਦਾ ਮਾਰੇ ਸੋ ਬੜਾ ਮੈਂ ਤੈਨੂੰ ਬਰਦਾਸ਼ਤ ਕੀਤਾ ਤੇਰੇ ਰੰਗਾ ਹੀ ਚਲਾਕ ਕੋਈ ਨਹੀਂ ਤੂੰ ਮੈਨੂੰ ਵੀ ਸੁਰਮਾ ਪਾ ਗਈ ਸੁਰਮਾ ਨਾ ਪਾਇਆ ਮੇਰੀ ਨੀਅਤ ਹੀ ਕਾਇ ਨਾ ਆਈਓ ਜੇ ਨੀਅਤ ਹੀ ਕਾਇ ਜੇ ਨਾ ਆਈਓ ਜੇ ਮੈਂ ਤੇ ਬੇਲੀਆਂ ਕੋਲ ਕੱਟਾਂਗਾ ਮੇਰੇ ਪਿਓਰ ਦੇ ਵਿੱਚ ਤਬਦੀਲੀ ਆਈ ਨਾ ਤਾਂ ਮੈਂ ਤੇਰਾ ਹੀ ਗਲਾ ਘੋਰ ਸਕਣਾ ਹੈ ਯਾਦ ਰੱਖ ਉਹ ਸਿਰਫ ਮੇਰੀ ਬੀਵੀ ਹੈ ਬੀਵੀ ਦੀ ਹੱਥ ਹੀ ਕਰੇ ਬਸ ਬੀਵੀ ਦੀ ਹੱਥ ਹੀ ਕਰੇ ਪਿਆਰ ਹੀ ਕੋਈ ਤਬਦੀਲੀ ਨਹੀਂ ਆ ਸਕਦੀ ਤੇ ਕਦਰ ਪਤਾ ਲੱਗ ਗਿਆ ਤੇ ਮੈਂ ਕੌਣ ਆ ਮੋਸੇ ਨੇ ਮੈਨੂੰ ਪੁੱਠੀ ਪੁੱਠੀ ਮੱਤੀ ਦੇਂਦਾ ਰਿਹਾ ਮੋਸੇ ਨੇ ਮੈਂ ਹੁਣ ਲਿੱਤਰ ਨਾ ਫੇਰੇ ਤਾਂ ਹੈ ਨਾ ਸਬਰ ਕਰੇ ਮੈਨੂੰ ਆਦਾ ਤੇਰੀ ਬੀਵੀ ਹੈ ਤੇਰੇ ਬੱਚੇ ਉਸਨ ਗਏ ਇੰਜ ਉਂਜ ਉਂਜ ਇੰਜ ਉਂਜ ਇੰਜ ਆਪ ਤੇ ਅੱਜ ਤੱਕ ਇੱਕ ਬਾਲ ਨਹੀਂ ਸੁਣ ਇਹੋ ਜਿਹੇ ਆਪ ਤੇ ਵੋ ਜਿਹੇ ਬੁੱਤ ਬਣ ਗਏ ਹਾਂ
ਮਲਾ ਹੁਣ ਬੇੜੀ ਬੋੜ ਜਾਨ ਛੋੜੋ ਤੋਰਿਆ ਵੰਦਰ ਮੇ ਨਾ ਪੇਟੀ ਚਵਾ ਕੇ ਤੇ ਖੇਸ ਤਾਂ ਕਢਾ ਚਾ ਰਾਤੀ ਹੁਣ ਥੜ ਲੱਗਦੀ ਤਰੋਟਮ ਹੋਏ ਨੂੰ ਸਾਰੀ ਜ਼ਿੰਦਗੀ ਅੰਦਰ ਖੇਸ ਦੇ ਵਿੱਚ ਸਾਡੀ ਜ਼ਿੰਦਗੀ ਲੱਭਦੀ ਔਰ ਖੇਸ ਚੁੱਪ ਕਰ ਆਪ ਤੱਕ ਰੇ ਨਾ ਰਾਮ ਜੀ।